ਬੇਅੰਤ ਬਾਜਵਾ ਦੁਆਰਾ ਸੰਪਾਦਿਤ ਰਾਮ ਸਰੂਪ ਅਣਖੀ ਦੀ ਲਿਖੀ ਪੁਸਤਕ ਬਗੇਲੋ ਸਾਧਨੀ ਔਰਤਾਂ ਨਾਲ ਸੰਬੰਧਿਤ 21 ਚਰਚਿਤ ਕਹਾਣੀਆਂ। ਪਹਿਲੀ ਕਹਾਣੀ ਹੈ ਰੇਸ਼ਮਾ। ਸੁਦੀਪ ਇੱਕ ਲੇਖਕ ਸੀ, ਕਹਾਣੀ ਲੇਖਕ। ਉਹਨੂੰ ਤਿੰਨਾਂ ਭਾਸ਼ਾਵਾਂ ਵਿੱਚੋਂ ਇੱਕੋ ਜਿੰਨੀ ਮੁਹਾਰਤ ਹਾਸਲ ਸੀ। ਮੂਲ ਰੂਪ 'ਚ ਪੰਜਾਬੀ ਦਾ ਕਹਾਣੀਕਾਰ ਸੀ, ਪਰ ਉਹਦੀਆਂ ਕਹਾਣੀਆਂ ਹਿੰਦੀ ਤੇ ਉਰਦੂ ਵਿੱਚ ਵੀ ਲਗਾਤਾਰ ਛਪਦੀਆਂ ਰਹਿੰਦੀਆਂ। ਆਪਣੀਆਂ ਕਹਾਣੀਆਂ ਦੇ ਅਨੁਵਾਦ ਉਹ ਖੁਦ ਹੀ ਕਰਦਾ ਸੀ। ਪੰਜਾਬੀ 'ਚ ਉਹਦੇ ਕਈ ਕਹਾਣੀ ਸੰਗ੍ਰਹਿ ਛਪ ਚੁੱਕੇ ਸਨ, ਹਿੰਦੀ ਤੇ ਉਰਦੂ ਵਿੱਚ ਵੀ ਕਹਾਣੀ ਸੰਗ੍ਰਹਿ ਛਪੇ ਸਨ। ਮੈਗਜ਼ੀਨਾਂ 'ਚ ਉਹਦੀਆਂ ਕਹਾਣੀਆਂ ਛਪਦੀਆਂ ਤਾਂ ਉਹਨੂੰ ਦੂਰ ਦੂਰ ਤੋਂ ਪਾਠਕਾਂ ਦੇ ਖੱਤ ਮਿਲਦੇ, ਇਸਤਰੀ ਪਾਠਕਾਂ ਤੇ ਮਰਦ ਪਾਠਕਾਂ ਦੋਵਾਂ ਦੇ। ਇਸਤਰੀ ਪਾਠਕਾਂ ਦੇ ਖੱਤ ਪੜ੍ਹ ਕੇ ਉਹ ਕਦੇ ਭਾਵੁਕ ਨਹੀਂ ਹੋਇਆ ਸੀ। ਸਹਿਜ ਅਵਸਥਾ 'ਚ ਰਹਿ ਕੇ ਉਹ ਖਤਾਂ ਦਾ ਜਵਾਬ ਲਿਖਦਾ। ਹਰ ਕਿਸੇ ਨਾਲ ਉਹਦਾ ਬਸ ਇੱਕ ਲੇਖਕ ਪਾਠਕ ਵਾਲਾ ਰਿਸ਼ਤਾ ਸੀ। ਆਮ ਜੀਵਨ ਨਾਲੋਂ ਇਹ ਇੱਕ ਅਲੱਗ ਸੰਸਾਰ ਸੀ। ਇਸ ਸੰਸਾਰ 'ਚ ਵਿਚਰ ਕੇ ਉਹਨੂੰ ਅਜੀਬ ਕਿਸਮ ਦੀ ਤਸਕੀਨ ਮਿਲਦੀ ਸੀ। ਕਈ ਪਾਠਕ ਤਾਂ ਉਹਨੂੰ ਹਰ ਵਾਰ ਖਤ ਲਿਖਦੇ, ਹਰ ਵਾਰ ਉਹ ਜਵਾਬ ਭੇਜਦਾ, ਬਸ ਆਮ ਜੀ ਭਾਸ਼ਾ 'ਚ ਤੁਹਾਡਾ ਖਤ ਮਿਲਿਆ, ਬਹੁਤ ਸ਼ੁਕਰੀਆ, ਖੁਸ਼ੀ ਹੈ ਕਿ ਤੁਸੀਂ ਮੇਰੀ ਕਹਾਣੀ ਨੂੰ ਇੰਨਾ ਪਸੰਦ ਕੀਤਾ। ਖਤ ਪੱਤਰ ਲਿਖਦੇ ਰਿਹਾ ਕਰੋ, ਸੰਬੰਧ ਬਣਿਆ ਰਹਿੰਦਾ। ਹਰ ਇੱਕ ਲਈ ਉਹਦਾ ਇਹੀ ਸਾਈਕਲੋ ਸਟਾਈਲ ਜਿਹਾ ਖਤ ਹੁੰਦਾ। ਇਸ ਤਰ੍ਹਾਂ ਦਾ ਖਤ ਲਿਖਣ ਲਈ ਉਹਨੂੰ ਕੋਈ ਉਚੇਚ ਨਹੀਂ ਕਰਨੀ ਪੈਂਦੀ ਸੀ। ਪਾਠਕ ਲਈ ਹੋ ਸਕਦਾ ਸੀ ਕੋਈ ਮਹੱਤਵ ਹੋਵੇ। ਪਰ ਅੰਮ੍ਰਿਤਸਰ ਦੀ ਇੱਕ ਕੁੜੀ ਅਲਕਾ ਨੇ ਸੰਬੰਧ ਬਣੇ ਰਹਿਣ ਵਾਲੀ ਗੱਲ ਨੂੰ ਇੰਨਾ ਗੰਭੀਰ ਲਿਆ ਕਿ ਸੱਚਮੁੱਚ ਹੀ ਸੰਬੰਧ ਵਧਾਉਣੇ ਸ਼ੁਰੂ ਕਰ ਦਿੱਤੇ। ਕਹਾਣੀ ਸੰਬੰਧੀ ਖਤਾਂ ਤੋਂ ਬਗੈਰ ਵੀ ਖਤ ਆਉਣ ਲੱਗੇ। ਕਈ ਖਤ ਆਏ, ਸੁਦੀਪ ਨੇ ਵੀ ਲਿਖੇ। ਸੁਦੀਪ ਦੀ ਉਮਰ 35 ਤੋਂ ਉੱਤੇ ਹੋ ਚੁੱਕੀ ਸੀ, ਪਰ ਹਾਲੇ ਤੱਕ ਉਹਨੇ ਸ਼ਾਦੀ ਨਹੀਂ ਕਰਾਈ ਸੀ। ਕਾਰਨ ਸਨ, ਪਹਿਲਾਂ ਤਾਂ ਕੋਈ ਕੁੜੀ ਉਹਨੂੰ ਜਚੀ ਹੀ ਨਹੀਂ, ਫਿਰ ਦੋ ਕੁੜੀਆਂ ਨਾਲ ਸੰਬੰਧ ਬਣੇ, ਪਰ ਵਿਆਹ ਕਿਸੇ ਨਾਲ ਵੀ ਨਾ ਹੋ ਸਕਿਆ। ਇੱਕ ਕੁੜੀ ਛੁੱਟੜ ਸੀ, ਉਹਦੇ ਲਈ ਸੁਦੀਪ ਦੀ ਮਾਂ ਨਹੀਂ ਮੰਨੀ ਸੀ, ਤੇ ਦੂਜੀ ਨਾਲ ਜਾਤ ਬਰਾਦਰੀ ਦਾ ਫਰਕ ਸੀ, ਮਾਂ ਉਹਦੇ ਲਈ ਵੀ ਨਹੀਂ ਸੀ ਮੰਨੀ। ਉਹਨੂੰ ਮਾਂ ਬਹੁਤ ਪਿਆਰੀ ਸੀ, ਉਹ ਚਾਹੁੰਦਾ ਸੀ ਉਹ ਕੁੜੀ ਹੋਵੇ ਜਿਹਨੂੰ ਮਾਂ ਪਸੰਦ ਕਰਦੀ ਹੋਵੇ, ਉਹ ਕੁੜੀ ਹੋਵੇ ਜਿਹੜੀ ਮਾਂ ਦੀ ਸੇਵਾ ਕਰ ਸਕੇ। ਫਿਰ ਮਾਂ ਵੀ ਮਰ ਗਈ ਤੇ ਉਹ ਆਪ ਵੱਡੀ ਉਮਰ ਦਾ ਹੋ ਕੇ ਰਹਿ ਗਿਆ। ਫਿਰ ਤਾਂ ਜੇ ਕੋਈ ਉਹਨੂੰ ਵਿਆਹ ਬਾਬਤ ਪੁੱਛਦਾ ਤਾਂ ਜਵਾਬ ਦਿੰਦਾ, ਵਿਆਹ ਨਹੀਂ ਕਰਾਉਣਾ, ਹੁਣ ਤਾਂ ਇਕੱਲੇ ਰਹਿਣ ਦੀ ਆਦਤ ਪੈ ਗਈ। ਨਾਲੇ ਵਿਆਹ ਦੀ ਉਮਰ ਤਾਂ ਉਦੋਂ ਹੁੰਦੀ ਹੈ ਜਦੋਂ ਨਵੇਂ ਨਵੇਂ ਕੱਪੜੇ ਪਾਉਣ ਨੂੰ ਦਿਲ ਕਰਦਾ ਹੋਵੇ। ਮੇਰੀ ਫਟੀ ਪੁਰਾਣੀ ਜੀਨ ਦੀ ਪੈਂਟ ਨੂੰ ਭਲਾਂ ਕੀ ਚਾਅ ਹੋ ਸਕਦਾ ਵਿਆਹ ਦਾ। ਪਰ ਅਲਕਾ ਦਾ ਉਹ ਕੀ ਕਰਦਾ, ਉਹ ਤਾਂ ਅੱਗੇ ਹੀ ਅੱਗੇ ਵੱਧਦੀ ਆ ਰਹੀ ਸੀ ਜਿਵੇਂ ਹੜ੍ਹ ਦਾ ਪਾਣੀ। ਉਹਨੂੰ ਲੱਗਦਾ ਇੱਕ ਦਿਨ ਇਸ ਪਾਣੀ 'ਚ ਘਿਰ ਕੇ ਉਹ ਇਸ ਪਾਣੀ ਦਾ ਹੀ ਹੋ ਕੇ ਰਹਿ ਜਾਏਗਾ। ਪਰ ਕੁੜੀਆਂ ਭਾਵੁਕ ਹੁੰਦੀਆਂ ਨੇ, ਕੀ ਪਤਾ ਪਾਠਕ ਕੁੜੀਆਂ ਐਵੇਂ ਲੇਖਕਾਂ ਨੂੰ ਚਾਹੁਣ ਲੱਗ ਪੈਂਦੀਆਂ ਨੇ। ਉਹਨਾਂ ਪ੍ਰਤੀ ਇੱਕ ਉਤਸੁਕਤਾ ਹੁੰਦੀ ਹੈ ਫਿਲਮ ਐਕਟਰਾਂ ਨੂੰ ਮਿਲਣ ਵਰਗੀ। ਉਹ ਸਮਝਦੀਆਂ ਕਿ ਲੇਖਕ ਕੋਈ ਬੜੀ ਵੱਡੀ ਚੀਜ਼ ਹੁੰਦੀ ਹੋਏਗੀ, ਜਦੋਂ ਕਿ ਅਸਲੀਅਤ ਵਿੱਚ ਉਹ ਇੱਕ ਆਮ ਆਦਮੀ ਹੀ ਤਾਂ ਹੁੰਦਾ, ਦੁੱਖ ਸੁੱਖ ਭੋਗਣ ਵਾਲਾ ਇੱਕ ਸਮਾਜਿਕ ਪ੍ਰਾਣੀ। ਅਲਕਾ ਤੇ ਰੇਸ਼ਮਾ ਦੋ ਭੈਣਾਂ ਸੀ। ਅੰਮ੍ਰਿਤਸਰ ਉਹਨਾਂ ਦਾ ਬਾਪ ਮਿਊਂਸੀਪਲ ਕਾਰਪੋਰੇਸ਼ਨ ਦੇ ਦਫ਼ਤਰ 'ਚ ਲੇਖਾ ਕਲਰਕ ਸੀ, ਉਹਨੂੰ ਉਤਲੀ ਆਮਦਨ ਵੀ ਸੀ। ਰੇਸ਼ਮਾ BA 'ਚ ਪੜ੍ਹਦੀ ਸੀ, ਜਦਕਿ ਅਲਕਾ BA ਕਦੋਂ ਦੀ ਕਰ ਚੁੱਕੀ ਸੀ। ਇੱਕ ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦੀ ਸੀ, ਬੜੀ ਸੁਪਨੇ ਸਾਜ਼ ਕੁੜੀ। ਇਸੇ ਕਰਕੇ ਹੁਣ ਤੱਕ ਉਹਦਾ ਵਿਆਹ ਨਹੀਂ ਹੋਇਆ ਸੀ। ਦੁਨੀਆ ਭਰ 'ਚੋਂ ਕੋਈ ਮੁੰਡਾ ਉਹਨੂੰ ਪਸੰਦ ਨਹੀਂ ਆਇਆ ਸੀ, ਪਤਾ ਨਹੀਂ ਕੀ ਚਾਹੁੰਦੀ ਸੀ ਉਹ। ਰੇਸ਼ਮਾ ਤੇ ਅਲਕਾ ਵਿਚਕਾਰ ਦੋ ਮੁੰਡੇ ਵੀ ਸਨ, ਵਿਨੋਦ ਤੇ ਪ੍ਰਮੋਦ। ਅਲਕਾ ਜ਼ੋਰ ਪਾ ਰਹੀ ਸੀ ਕਿ ਸੁਦੀਪ ਉਹਨੂੰ ਅੰਮ੍ਰਿਤਸਰ ਆ ਕੇ ਮਿਲੇ, ਉਹ ਉਹਦੇ ਨਾਲ ਜ਼ਬਾਨੀ ਗੱਲਾਂ ਕਰਨੀਆਂ ਚਾਹੁੰਦੀ ਹੈ।
ਤੇ ਸੁਦੀਪ ਹੋਰ ਕੋਈ ਕੰਮ ਨਹੀਂ ਕਰਦਾ ਸੀ, ਕੋਈ ਸਰਕਾਰੀ ਨੌਕਰੀ ਕੁਝ ਵੀ ਨਹੀਂ। ਬਸ ਉਹਦਾ ਕਹਾਣੀਕਾਰ ਸੀ ਜਾਂ ਅਖਬਾਰਾਂ 'ਚ ਫੋਟੋ ਫੀਚਰ ਲਿਖਦਾ, ਇਸੇ ਕੰਮ 'ਚੋਂ ਬਹੁਤ ਕਮਾ ਲੈਂਦਾ। ਗਲ ਤੱਕ ਆਇਆ ਪਾਣੀ ਵੇਖ ਕੇ ਉਹਨੇ ਫੈਸਲਾ ਕੀਤਾ ਕਿ ਅੰਮ੍ਰਿਤਸਰ ਜਾਇਆ ਜਾਵੇ, ਅਲਕਾ ਨੂੰ ਇੱਕ ਵਾਰ ਮਿਲਤਾ ਲਵੇ। ਗੱਲ ਕਰਨ 'ਚ ਕੀ ਹਰਜ਼ਾ ਹੈ, ਨਾ ਜੱਚੀ ਤੋਂ ਮੁੜ ਆਏਗਾ, ਉਹ ਉਹਦਾ ਕੁਝ ਤੋੜ ਤਾਂ ਨਹੀਂ ਲਏਗੀ। ਅਲਕਾ ਦੀ ਉਮਰ 32-33 ਤੋਂ ਵੱਧ ਨਹੀਂ ਸੀ, ਪਰ ਵੇਖਣ 'ਚ 40 ਦੀ ਲੱਗ ਰਹੀ ਸੀ। ਅੱਖਾਂ ਥੱਲੇ ਘੇਰੇ ਦਾਖੀ ਹੋ ਚੁੱਕੇ ਸਨ, ਗੱਲਾਂ ਦਾ ਮਾਸ ਢਲ ਗਿਆ ਸੀ, ਠੋਡੀ ਥੱਲੇ ਇੱਕ ਹੋਰ ਠੋਡੀ ਦਿਸਣ ਲੱਗੀ ਸੀ, ਦੰਦਾਂ ਉੱਤੇ ਪਲਕਣ ਸੀ, ਹੱਥਾਂ ਦੀਆਂ ਉਂਗਲਾਂ ਲੱਗਦਾ ਨਹੀਂ ਸੀ ਕੁਆਰੀ ਕੁੜੀ ਦੀਆਂ ਹਨ, ਛਾਤੀਆਂ ਵੀ ਢਿਲਕੀਆਂ ਹੋਈਆਂ। ਉਹ ਕੁਰਸੀ ਤੋਂ ਉੱਠੀ ਜਿਵੇਂ ਥੱਕੀ ਥੱਕੀ ਹੋਏ, ਪਰ ਹਾਂ ਬੋਲਾਂ 'ਚ ਅਲਸਾਹਟ ਸੀ, ਨਜ਼ਾਕਤ ਤੇ ਮਸਤੀ ਦੇ ਦਾ ਵਿੱਚ ਵਿਚਾਲਾ ਵੀ ਕੁਝ ਕੁਝ। ਗੱਲਾਂ ਹੋਈਆਂ, ਅਸਲ ਵਿੱਚ ਤਾਂ ਦੋਵੇਂ ਹੀ ਬਾਕੀ ਬਚੇ ਔਰਤ ਮਰਦ ਸਨ, ਦੋਵਾਂ ਵਿੱਚ ਹੁਣ ਕੀ ਰਹਿ ਗਿਆ ਸੀ ਆਪਣਾ ਨਿਰਣੇ ਅੱਧੀ ਹਾਂ ਤੱਕ ਪਹੁੰਚ ਗਏ। ਤੇ ਫਿਰ 15 ਦਿਨਾਂ ਬਾਅਦ ਹੀ ਸੁਦੀਪ ਅਲਕਾ ਨੂੰ ਵਿਆਹ ਕੇ ਪਟਿਆਲੇ ਲੈ ਗਿਆ। ਵਿਆਹ ਵੀ ਕੀ ਸੀ, ਉਹ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਅੰਮ੍ਰਿਤਸਰ ਗਿਆ ਸੀ। ਅਲਕਾ ਲਈ 2 ਸੂਟ ਤੇ ਕੰਨਾਂ ਲਈ ਸੋਨੇ ਦੇ ਟੌਪਸ, ਇੱਕ ਨੱਕ ਦਾ ਕੋਕਾ ਬਣਵਾ ਕੇ ਲੈ ਗਿਆ। ਵਿਆਹ ਦੀ ਸਾਦੀ ਜੀ ਰਸਮ ਹੋਈ, ਟੈਕਸੀ 'ਚ ਬਿਠਾ ਕੇ ਉਹਨੂੰ ਲੈ ਆਇਆ ਸੀ। ਫਿਰ ਜਦੋਂ ਵੀ ਅੰਮ੍ਰਿਤਸਰ ਜਾਂਦਾ, ਰੇਸ਼ਮਾ ਉਹਦੇ ਪੈਰ ਮਿੱਧਦੀ ਰਹਿੰਦੀ, ਬੈਠ ਕੇ ਗੱਲਾਂ ਮਾਰਨ ਲੱਗਦੀ ਤਾਂ ਗੱਲਾਂ ਹੀ ਮਾਰੀ ਜਾਂਦੀ, ਰੋਟੀ ਵੀ ਉਹੀ ਖਵਾਉਂਦੀ, ਸੁਦੀਪ ਦੇ ਕੱਪੜੇ ਧੋ ਦਿੰਦੀ, ਸ਼ਾਮ ਵਕਤ ਬਾਜ਼ਾਰ ਦੀ ਸੈਰ ਨੂੰ ਲੈ ਤੁਰਦੀ ਤੇ ਸੁਦੀਪ ਦਾ ਖਰਚ ਕਰਵਾਉਂਦੀ। ਜੀਜਾ ਜੀ, ਜੀਜਾ ਜੀ ਕਰਦੀ ਦਾ ਜਿਵੇਂ ਮੂੰਹ ਸੁੱਕਦਾ ਹੋਵੇ। ਅਲਕਾ ਬਹੁਤ ਘੱਟ ਬੋਲਦੀ, ਕਦੇ ਕਦੇ ਰੇਸ਼ਮਾ ਨੂੰ ਝਿੜਕਦੀ, ਇਹ ਲੜਕੀ ਜ਼ਰਾ ਸੰਕੋਚ ਰੱਖ ਬਈ, ਨਹੀਂ ਤਾਂ ਕੀ ਕਹਿਣਗੇ ਜੀਜਾ ਜੀ ਤੇਰੇ, ਇੰਪ੍ਰੈਸ਼ਨ ਬਣਾ ਕੇ ਰੱਖ। ਕਿਉਂ ਰੱਖਾਂ ਮੈਂ ਇੰਪ੍ਰੈਸ਼ਨ ਬਣਾ ਕੇ, ਜੀਜਾ ਜੀ ਮੇਰੇ ਹੀ ਨੇ ਨਾ। ਤੇ ਹਾਂ, ਉਹ ਫਿਰ ਬੋਲਣ ਲੱਗ ਪੈਂਦੀ। ਕਦੇ ਕਦੇ ਉਹ ਸੁਦੀਪ ਨਾਲ ਇਕੱਲੀ ਬਾਹਰ ਜਾਂਦੀ, ਉਹਨੇ ਸੁਦੀਪ ਨੂੰ ਅੰਮ੍ਰਿਤਸਰ ਦੀਆਂ ਸਾਰੀਆਂ ਪ੍ਰਸਿੱਧ ਥਾਵਾਂ ਦਿਖਾਈਆਂ ਸੀ, ਦਰਬਾਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਿਰ, ਬਾਬਾ ਅਟਲ ਯੂਨੀਵਰਸਿਟੀ ਤੇ ਹਵਾਈ ਅੱਡਾ। ਜਦੋਂ ਸੁਦੀਪ ਨਾਲ ਇਕੱਲੀ ਹੁੰਦੀ ਤਾਂ ਘੱਟ ਬੋਲਦੀ, ਖਾਣ ਪੀਣ ਨੂੰ ਵੀ ਨਾ ਆਖਦੀ, ਪਰ ਅਲਕਾ ਨਾਲ ਹੁੰਦੀ ਤਾਂ ਅਲਕਾ ਨੂੰ ਗੱਲ ਨਾ ਕਰਨ ਦਿੰਦੀ, ਪੂਰੀ ਮੱਛਰੀ ਰਹਿੰਦੀ। ਸੁਦੀਪ ਨੂੰ ਉਹਦਾ ਹੀ ਚੁਲਬੁਲਾਹਟ ਪਿਆਰੀ ਲੱਗਦੀ, ਉਹਦੇ ਧੁਰ ਅੰਦਰ ਕਿਧਰੇ ਉਮੰਗ ਉੱਠਦੀ, ਰੇਸ਼ਮਾ ਵਰਗੀ ਕੋਈ ਹੋਵੇ। ਅਜਿਹੀ ਕੁੜੀ ਨਾਲ ਬੰਦਾ ਬਿਨਾਂ ਖੰਭਾਂ ਤੋਂ ਹੀ ਉੱਡਦਾ ਫਿਰਦਾ ਰਹਿੰਦਾ ਹੈ, ਅਜਿਹੀ ਕੁੜੀ ਦਾ ਸੰਗ ਬੰਦੇ ਨੂੰ ਵਰਿਆਂ ਦਾ ਅਹਿਸਾਸ ਨਹੀਂ ਹੋਣ ਦਿੰਦਾ। ਕਦੇ ਉਹਨੂੰ ਆਖਦਾ ਜੀ, ਕਦੇ ਉਹਨੇ ਆਖਣਾ ਜੀਜਾ ਜੀ ਮੇਰੇ ਵੱਲ ਦੇਖੋ, ਹਨ ਨਾ ਕਿੰਨੇ ਲੰਮੇ। ਰੇਸ਼ਮਾ ਦੀਆਂ ਅੱਖਾਂ ਬਹੁਤ ਪ੍ਰਭਾਵਪੂਰਤ ਸਨ, ਕਦੇ ਕਦੇ ਉਹਨੇ ਬਹੁਤਾ ਹੀ ਖੁੱਲ ਜਾਣਾ ਤਾਂ ਪੁੱਛਣਾ, ਜੀਜਾ ਜੀ ਤੁਹਾਨੂੰ ਅੱਖ ਦੱਬਣੀ ਆਉਂਦੀ ਹੈ। ਸੁਦੀਪ ਉਹਦੀ ਹਰ ਹਰਕਤ ਉੱਤੇ ਬਸ ਹੱਸ ਛੱਡਦਾ। ਇਹ ਅਲਕਾ ਨਾਲ ਬਣੇ ਇੱਕ ਵਿਸ਼ਵਾਸ ਦਾ ਬੰਧਨ ਸੀ, ਰੇਸ਼ਮਾ ਨੂੰ ਉਹਦੀ ਵੱਡੀ ਭੈਣ ਦੀ ਅੱਖ ਨਾਲ ਦੇਖਦਾ, ਕਦੇ ਕਦੇ ਉਹ ਆਪ ਵੀ ਉਹਨੂੰ ਝਿੜਕ ਦਿੰਦਾ, ਰੇਸ਼ਮਾ ਚੁੱਪ ਹੋ ਜਾ, ਅੱਗੇ ਬੋਲੀ ਤਾਂ ਮਾਰਾਂਗਾ, ਸਮਝੀ। ਉਹ ਜੀਭ ਕੱਢਦੀ ਤੇ ਉੱਠ ਕੇ ਦੂਜੇ ਕਮਰੇ 'ਚ ਜਾ ਬੈਠਦੀ, ਕਦੇ ਰੁੱਸ ਜਾਂਦੀ, ਰੋਣ ਲੱਗਦੀ। ਅਲਕਾ ਆਖਦੀ, ਤੁਸੀਂ ਰੇਸ਼ਮਾ ਨੂੰ ਬਹੁਤਾ ਸਿਰ ਚੜਾ ਰੱਖਿਆ, ਮਨਾਓ ਹੁਣ ਆਪ ਜਾ ਕੇ ਆਪਣੀ ਲਾਡਲੀ ਨੂੰ। ਤੇ ਫਿਰ ਕਈ ਸਾਲ ਬੀਤ ਗਏ। ਇਸ ਦੌਰਾਨ ਵਿਨੋਦ ਤੇ ਪ੍ਰਮੋਦ ਨੌਕਰੀਆਂ ਤੇ ਲੱਗ ਚੁੱਕੇ ਸੀ, ਉਹਨਾਂ ਦੇ ਵਿਆਹ ਵੀ ਹੋ ਗਏ ਸੀ। ਅਲਕਾ ਦੇ ਪਿਤਾ ਰਿਟਾਇਰ ਹੋ ਕੇ ਬਾਜ਼ਾਰ 'ਚ ਦੁਕਾਨਾਂ ਦਾ ਹਿਸਾਬ ਕਿਤਾਬ ਦੇਖਣ ਲੱਗੇ ਸਨ। ਉਹਨਾਂ ਕੋਲ 7-8 ਦੁਕਾਨਾਂ ਸਨ, ਘੰਟਾ ਘੰਟਾ ਹਰ ਦੁਕਾਨ ਤੇ ਲਾਉਂਦੇ। ਰੇਸ਼ਮਾ ਨੇ BA ਤੋਂ ਬਾਅਦ BEd ਕੀਤੀ ਸੀ, ਉੱਥੇ ਅੰਮ੍ਰਿਤਸਰੀ ਇੱਕ ਪ੍ਰਾਈਵੇਟ ਸਕੂਲ 'ਚ ਉਹਨੂੰ ਨੌਕਰੀ ਮਿਲ ਗਈ ਸੀ। ਫਿਰ ਉਹਦਾ ਵਿਆਹ ਵੀ ਹੋ ਗਿਆ, ਮੁੰਡਾ ਬੈਂਕ ਵਿੱਚ ਕਲਰਕ ਸੀ, ਚੰਗੀ ਤਨਖਾਹ ਸੀ ਉਹਦੀ। ਰੇਸ਼ਮਾ ਕੋਲ ਇੱਕ ਮੁੰਡਾ ਸੀ,
ਉਧਰ ਅਲਕਾ ਨੇ ਦੋ ਜਵਾਕ ਜੰਮ ਲਏ ਸਨ, ਇੱਕ ਮੁੰਡਾ ਤੇ ਇੱਕ ਕੁੜੀ। ਪਟਿਆਲਾ ਛੱਡ ਕੇ ਉਹ ਬਠਿੰਡੇ ਆ ਟਿਕੇ ਸੀ। ਥਰਮਲ ਪਲਾਂਟ ਲੱਗ ਜਾਣ ਕਰਕੇ ਬਠਿੰਡਾ ਦਿਨੋਂ ਦਿਨ ਤਰੱਕੀ ਕਰਦਾ ਜਾ ਰਿਹਾ ਸੀ। ਥਰਮਲ ਪਲਾਂਟ ਦੇ ਕੋਲ ਹੀ ਰੋਜ਼ ਗਾਰਡਨ ਬਣ ਗਿਆ ਸੀ। ਕਦੇ ਕਿਸੇ ਨੂੰ ਇਹ ਸੁਪਨਾ ਵੀ ਨਹੀਂ ਸੀ ਕਿ ਬਠਿੰਡੇ ਦੇ ਟਿੱਬਿਆਂ 'ਚ ਕਦੇ ਕੋਈ ਫੁੱਲਾਂ ਦਾ ਬਾਗ ਲੱਗੇਗਾ। ਇੱਥੇ ਝੀਲਾਂ ਬਣ ਜਾਣਗੀਆਂ, ਉੱਧਰ ਛਾਉਣੀ ਬਣ ਕੇ ਇੱਕ ਨਵਾਂ ਬਠਿੰਡਾ ਉਸਰਦਾ ਜਾ ਰਿਹਾ ਸੀ। ਖਾਦ ਫੈਕਟਰੀ ਅਲੱਗ, ਬਰਸਾਤਾਂ ਵਿੱਚ ਟੋਭੇ ਦੇ ਪਾਣੀ ਵਾਂਗ ਫੈਲ ਰਿਹਾ ਸੀ ਸ਼ਹਿਰ। ਆਲੇ ਦੁਆਲੇ ਦੇ ਕਈ ਨਿੱਕੇ ਨਿੱਕੇ ਪਿੰਡ ਸ਼ਹਿਰ ਦੀ ਲਪੇਟ 'ਚ ਆ ਗਏ ਸੀ। ਸਿਆਣਿਆਂ ਦਾ ਅਨੁਮਾਨ ਸੀ ਕਿ ਕਿਸੇ ਦਿਨ ਬਠਿੰਡਾ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਬਣ ਜਾਏਗਾ। ਨਾਂ ਤੋਂ ਪਹਿਲਾਂ ਹੀ ਵੱਡਾ ਸੀ। ਬਠਿੰਡੇ 'ਚ 7 ਰੇਲਵੇ ਲਾਈਨਾਂ ਪੈਂਦੀਆਂ। ਸ਼ਹਿਰ ਵੱਧਦਾ ਵੇਖ ਕੇ ਇੱਥੋਂ ਅਖ਼ਬਾਰ ਰਸਾਲੇ ਨਿਕਲਣੇ ਵੀ ਜ਼ਰੂਰੀ ਸੀ। ਕਿੰਨੇ ਸਾਰੇ ਜ਼ਿਲ੍ਹਾ ਦਫ਼ਤਰ ਸਨ, ਪ੍ਰਾਈਵੇਟ ਅਦਾਰੇ, ਫਿਰ ਇਲਾਕੇ ਦੀਆਂ ਰਾਜਨੀਤਿਕ ਸਰਗਰਮੀਆਂ ਦਾ ਕੇਂਦਰ, ਇੱਕ ਸੇਠ ਜਿਹੜਾ ਕੱਪੜੇ ਦਾ ਬਹੁਤ ਵੱਡਾ ਵਪਾਰੀ ਸੀ ਪਰ ਰਾਜਨੀਤੀ 'ਚ ਵੀ ਮੂੰਹ ਮਾਰਦਾ, ਨੇ ਸ਼ਕਤੀ ਪੰਜਾਬ ਨਾਂ ਦਾ ਇੱਕ ਸਪਤਾਹਿਕ ਪੱਤਰ ਛਾਪਣਾ ਸ਼ੁਰੂ ਕਰ ਦਿੱਤਾ। 16 ਸਫ਼ੇ ਦਾ ਇੱਕ ਪਰਚਾ ਪੰਜਾਬੀ 'ਚ ਛਪਦਾ ਹੁੰਦਾ। ਇਸ 'ਚ ਇੱਕ ਕਹਾਣੀ ਤੇ 4-5 ਗਜ਼ਲਾਂ ਵੀ ਹੁੰਦੀਆਂ, ਪਰ ਬਹੁਤੀਆਂ ਖ਼ਬਰਾਂ ਇਲਾਕੇ ਦੀਆਂ ਛਪਦੀਆਂ। ਬਠਿੰਡੇ ਦੀਆਂ ਸਥਾਨਕ ਖ਼ਬਰਾਂ ਵੀ ਪਰਚੇ 'ਚ ਸਾਫ਼ ਸੁਥਰਾ ਮੈਟਰ ਹੁੰਦਾ। ਇੱਕ ਸਪਤਾਹਿਕ ਬਲੈਕਮੇਲਰ ਬਿਲਕੁਲ ਨਹੀਂ ਸੀ ਘਰਾਂ 'ਚ ਪੜ੍ਹਨ ਵਾਲਾ ਪਰਚਾ ਸੀ ਸ਼ਕਤੀ ਪੰਜਾਬ। ਜਦੋਂ ਤੋਂ ਸੁਦੀਪ ਇਹਦਾ ਸੰਪਾਦਕ ਬਣਿਆ, ਪਰਚਾ ਹੋਰ ਵੀ ਦਿਲਚਸਪ ਹੋ ਗਿਆ। ਅਸ਼ਾਇਤ ਵੱਧ ਗਈ, ਰੇਲਵੇ ਬੁੱਕ ਸਟਾਲ ਤੇ ਬੱਸ ਸਟੈਂਡ ਉੱਤੇ ਵੱਧ ਗਿਣਤੀ 'ਚ ਵਿਕਣ ਲੱਗਿਆ। ਸੁਦੀਪ ਨੇ ਬਠਿੰਡੇ ਆ ਕੇ ਕਹਾਣੀਆਂ ਲਿਖਣੀਆਂ ਘੱਟ ਕਰ ਦਿੱਤੀਆਂ। ਸੇਠ ਚੰਗੀ ਤਨਖਾਹ ਦਿੰਦਾ ਸੀ, ਦਿੰਦਾ ਵੀ ਕਿਵੇਂ ਨਾ, ਸ਼ਕਤੀ ਪੰਜਾਬ ਵਿੱਚੋਂ ਉਹਨੂੰ ਚੰਗਾ ਪੜਤਾ ਪੈਂਦਾ ਸੀ। ਬਾਣੀਆਂ ਹਰ ਉਹ ਕੰਮ ਕਰਨ ਲਈ ਤਿਆਰ ਹੁੰਦਾ ਹੈ ਜਿਸ 'ਚ ਉਹਨੂੰ ਪੜਤਾ ਪੈਂਦਾ ਹੋਵੇ। ਸੁਦੀਪ ਦਾ ਅੰਮ੍ਰਿਤਸਰ ਜਾਣਾ ਹੁਣ ਘਟਿਆ ਹੋਇਆ ਸੀ। ਅਲਕਾ ਵੀ ਮਸਾਂ ਹੀ ਕਦੇ ਜਾਂਦੀ, ਆਮ ਕਰਕੇ ਗਰਮੀ ਦੀਆਂ ਛੁੱਟੀਆਂ 'ਚ ਜਾਂਦੀ। ਉਹਨਾਂ ਦਿਨਾਂ 'ਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੁੰਦਾ ਸੀ। ਰੇਸ਼ਮਾ ਬਠਿੰਡੇ ਕਦੇ ਨਹੀਂ ਆਈ ਸੀ, ਕੁਆਰੀ ਹੁੰਦੀ ਪਟਿਆਲੇ ਤਾਂ ਕਈ ਚੱਕਰ ਮਾਰ ਗਈ ਸੀ ਤੇ ਇੱਕ ਵਾਰ ਵਿਆਹ ਤੋਂ ਬਾਅਦ ਵੀ ਆਈ ਸੀ ਆਪਣੇ ਮਿਸਟਰ ਨੂੰ ਨਾਲ ਲੈ ਕੇ। ਉਦੋਂ ਤਾਂ ਉਹ 4-5 ਦਿਨ ਠਹਿਰੇ ਸੀ। ਸੁਦੀਪ ਨੂੰ ਮੁੰਡਾ ਖਚਰਾ ਜਿਹਾ ਲੱਗਿਆ ਸੀ। ਵਿਆਹ ਤੋਂ ਬਾਅਦ ਰੇਸ਼ਮਾ ਪਹਿਲਾਂ ਜਿੰਨੀ ਚੁਲਬਲੀ ਨਹੀਂ ਰਹੀ ਸੀ, ਗੱਲਾਂ ਘੱਟ ਕਰਦੀ, ਉਹਨੂੰ ਖਾਣ ਪੀਣ ਦਾ ਬਹੁਤਾ ਲਾਲਚ ਵੀ ਨਹੀਂ ਰਿਹਾ ਸੀ। ਹਾਂ, ਘੁੰਮਣ ਫਿਰਨ ਦੀ ਆਦਤ ਉਹੀ ਪੁਰਾਣੀ ਸੀ। ਰੇਸ਼ਮਾ ਜਦੋਂ ਕੁਵਾਰੀ ਸੀ ਕਹਾਣੀਆਂ ਲਿਖਦੀ ਹੁੰਦੀ। ਉਹਦੀਆਂ 2 ਕਹਾਣੀਆਂ ਉਹਨਾਂ ਦੇ ਕਾਲਜ ਮੈਗਜ਼ੀਨ 'ਚ ਛਪੀਆਂ ਸੀ। ਫਿਰ ਉਹ ਕਹਿੰਦੀ ਰਹਿੰਦੀ, ਜੀਜਾ ਜੀ ਮੇਰੀਆਂ ਕਹਾਣੀਆਂ ਛਪਵਾ ਦਿਓ ਕਿਧਰੇ, ਤੁਹਾਡਾ ਤਾਂ ਐਡਾ ਵੱਡਾ ਨਾਂ ਲੇਖਕਾਂ 'ਚ। ਸੁਦੀਪ ਨੇ ਉਹਦੀਆਂ 2 ਕਹਾਣੀਆਂ ਜਲੰਧਰ ਦੇ ਇੱਕ ਅਖ਼ਬਾਰ 'ਚ ਛਪਵਾ ਦਿੱਤੀਆਂ ਸੀ। ਇੱਧਰ ਉੱਧਰ 2-3 ਮਾਸਿਕ ਪੱਤਰਾਂ ਨੂੰ ਵੀ ਕਹਾਣੀਆਂ ਭੇਜੀਆਂ ਸਨ, ਪਰ ਉਹਨਾਂ 'ਚ ਕਿਤੇ ਨਹੀਂ ਛਪੀ ਸੀ ਕੋਈ ਕਹਾਣੀ। ਜਲੰਧਰ ਦੇ ਉਸ ਅਖ਼ਬਾਰ ਬਾਰੇ ਮਸ਼ਹੂਰ ਸੀ ਕਿ ਬਸ ਲਿਖਾਈ ਪੜ੍ਹਨ ਯੋਗ ਹੋਵੇ ਕਹਾਣੀ ਛਪ ਜਾਂਦੀ ਹੈ, ਅਤੇ ਰੇਸ਼ਮਾ ਦੀਆਂ ਕਹਾਣੀਆਂ ਛਪ ਗਈਆਂ। ਉਹ ਇਹ ਕਹਾਣੀਆਂ ਮੁੰਡੇ ਕੁੜੀ ਦੇ ਭਾਵੁਕ ਪਿਆਰ ਬਾਰੇ ਲਿਖਦੀ। ਇਹਨਾਂ ਕਹਾਣੀਆਂ 'ਚ ਕੋਈ ਖਾਸ ਸਮਾਜਿਕ ਤੱਤ ਨਹੀਂ ਹੁੰਦਾ ਸੀ, ਕਹਾਣੀ 'ਚ ਹਮੇਸ਼ਾ ਉਹ ਕੁੜੀ ਦਾ ਪੱਖ ਲੈਂਦੀ। ਅਤੇ ਜਦੋਂ ਹੁਣ ਉਹ ਬਠਿੰਡੇ ਆਈ, ਉਹਦਾ ਮੁੰਡਾ 5 ਵਰਿਆਂ ਦਾ ਹੋ ਚੁੱਕਿਆ ਸੀ, ਸਕੂਲ ਜਾਂਦਾ ਸੀ। ਰੇਸ਼ਮਾ 'ਚ ਪਹਿਲਾਂ ਜਿੰਨੀ ਰੜਕ ਨਹੀਂ ਰਹਿ ਗਈ ਸੀ, ਚਿਹਰਾ ਉਦਾਸ ਲੱਗਦਾ, ਬਾਹਾਂ ਦਾ ਮਾਸ ਢਿਲਕਿਆ, ਅੱਖਾਂ ਵਿੱਚੋਂ ਚਮਕ ਨਹੀਂ ਸੀ, ਸਿਰ ਦੇ ਵਾਲ ਛੋਟੇ ਹੋ ਗਏ ਸੀ। ਗੱਲ ਗੱਲ ਉੱਤੇ ਉਹ ਆਪਣੇ ਮੁੰਡੇ ਨੂੰ ਝਿੜਕਦੀ ਅਤੇ ਨਿੱਕਾ ਜਿਹਾ ਬਹਾਨਾ ਲਾ ਕੇ ਉਹਨੂੰ ਕੁੱਟ ਸੁੱਟਦੀ, ਮੁੰਡੇ ਦਾ ਬੁਰਾ ਹਾਲ ਕਰ ਦਿੰਦੀ ਅਤੇ ਫਿਰ ਖੁਦ ਵੀ ਬਦਾਵਾਸ ਜੀ ਹੋ ਜਾਂਦੀ। ਅਲਕਾ ਨੇ ਉਹਨੂੰ ਸਮਝਾਇਆ, ਬੱਚੇ ਨੂੰ ਇੰਨਾ ਮਾਰਨਾ ਨਹੀਂ ਚਾਹੀਦਾ, ਠੀਠ ਹੋ ਜਾਂਦਾ। ਘੰਟੇ ਅੱਧੇ ਘੰਟੇ ਬਾਅਦ ਹੀ ਰੇਸ਼ਮਾ ਸਹਿਜ ਹੋ ਜਾਂਦੀ।
ਫਿਰ ਅਲਕਾ ਜਾਂ ਸੁਦੀਪ ਨਾਲ ਗੱਲਾਂ ਕਰਨ ਲੱਗਦੀ। ਪਤਾ ਨਹੀਂ ਉਹਨੇ ਕਿਉਂ ਇਸ ਤਰ੍ਹਾਂ ਦਾ ਸੁਭਾਅ ਬਣਾ ਲਿਆ ਸੀ। ਇਸ ਤਰ੍ਹਾਂ ਦੀ ਉਹ ਹੁੰਦੀ ਨਹੀਂ ਸੀ, ਇਸ ਤਰ੍ਹਾਂ ਦੀ ਤਾਂ ਕਦੀ ਵੀ ਨਹੀਂ ਸੀ। ਉਸ ਦਿਨ ਉਹ ਦੁਪਹਿਰੇ ਜੇ ਆਈ ਸੀ, ਸ਼ਾਮ ਵੇਲੇ ਜਦੋਂ ਸਾਰੇ ਜਣੇ ਬੈਠ ਕੇ ਰੋਟੀ ਖਾਣ ਲੱਗੇ ਤਾਂ ਰੇਸ਼ਮਾ ਬੋਲੀ, ਜੀਜਾ ਜੀ ਇੱਕ ਕਹਾਣੀ ਲਿਖੋ, ਕਹਾਣੀ ਦਾ ਮਸਾਲਾ ਤੁਹਾਨੂੰ ਮੈਂ ਦਿੰਦੀ ਹਾਂ, ਤੂੰ ਆਪ ਹੀ ਲਿਖ ਲੈ, ਤੂੰ ਵੀ ਤਾਂ ਕਹਾਣੀਕਾਰ ਹੈ। ਨਹੀਂ ਮੈਂ ਨਹੀਂ, ਤੁਸੀਂ ਲਿਖੋ, ਤੁਸੀਂ ਚੰਗੀ ਲਿਖੋਗੇ, ਮੈਂ ਤਾਂ ਸਭ ਛੱਡਿਆ ਛਡਾਇਆ ਧੰਦਾ। ਕਿਉਂ, ਕਹਾਣੀਆਂ ਲਿਖਣਾ ਧੰਦਾ ਹੁੰਦਾ? ਸਭ ਲੋਕ ਕੋਈ ਨਾ ਕੋਈ ਧੰਦਾ ਕਰਦੇ ਨੇ, ਧੰਦੇ ਬਗੈਰ ਗੁਜ਼ਾਰਾ ਨਹੀਂ, ਕਹਾਣੀਆਂ ਲਿਖਣਾ ਵੀ ਤਾਂ ਇੱਕ ਧੰਦਾ ਹੋਇਆ। ਤੂੰ ਫਿਰ ਇਸ ਧੰਦੇ 'ਚ ਅੱਗੇ ਕਿਉਂ ਨਾ ਵਧੀ, ਤੂੰ ਚੰਗਾ ਲਿਖ ਲੈਂਦੀ ਸੀ, ਸੁਦੀਪ ਨੇ ਉਹਨੂੰ ਫੋਕੀ ਵਡਿਆਈ ਕੀਤੀ। ਨਹੀਂ ਮੈਂ ਨਹੀਂ, ਤੁਸੀਂ ਲਿਖੋ, ਚੰਗਾ ਸੁਣਾ ਫਿਰ ਕੀ ਗੱਲ, ਰੋਟੀ ਖਾ ਕੇ ਸੁਣਾਵਾਂਗੀ, ਕੋਈ ਅਜਿਹੀ ਗੱਲ ਤਾਂ ਨਹੀਂ ਕਿ ਅਲਕਾ ਤੋਂ ਸ਼ਰਮਾਉਂਦੀ ਹੋਵੇ? ਨਹੀਂ ਦੀਦੀ ਤੋਂ ਕਾਹਦੀ ਸ਼ਰਮ, ਉਹ ਅਲਕਾ ਦੇ ਬੱਚਿਆਂ ਵੱਲ ਝਾਕੀ, ਫਿਰ ਕਹਿੰਦੀ ਰੋਟੀ ਖਾ ਲਈਏ ਫਿਰ ਸੁਣਾਵਾਂਗੀ। ਰੋਟੀ ਤੋਂ ਅਲਕਾ ਦੇ ਦੋਵੇਂ ਬੱਚੇ ਦਿਨੇਸ਼ ਤੇ ਸੋਨੀਆ ਬਾਹਰ ਗਲੀ 'ਚ ਦੌੜ ਗਏ। ਅਲਕਾ ਨੇ ਮਗਰੋਂ ਉੱਚੀ ਹਾਕ ਮਾਰੀ, ਦੀਨੂ ਬੇਟੇ। ਉਹ ਮੁੜ ਆਇਆ, ਹਾਂ ਮੰਮੀ। ਬੇਟਾ ਰੋਹਿਤ ਨੂੰ ਨਾਲ ਲੈ ਕੇ ਜਾਓ, ਇਹ ਵੀ ਖੇਡੇਗਾ ਤੁਹਾਡੇ ਨਾਲ। ਤੇ ਫਿਰ ਰੋਹਿਤ ਨੂੰ ਕਿਹਾ, ਜਾ ਰੋਹੀ ਤੂੰ ਵੀ ਜਾ। ਮੂੰਹ 'ਚ ਉਂਗਲੀ, ਉਹ ਹੌਲੀ ਹੌਲੀ ਦਿਨੇਸ਼ ਮਗਰ ਤੁਰਨ ਲੱਗਿਆ। ਸੋਨੀਆ ਆਈ ਤੇ ਰੋਹਿਤ ਦੀ ਬਾਂਹ ਫੜ ਕੇ ਉਹਨੂੰ ਗਲੀ 'ਚ ਘੜੀਸਦੀ ਹੋਈ ਭੱਜਣ ਲੱਗੀ। ਅਲਕਾ, ਰੇਸ਼ਮਾ ਤੇ ਸੁਦੀਪ ਮਕਾਨ ਦੀ ਛੱਤ ਉੱਤੇ ਚੜ ਗਏ। ਗਰਮੀ ਦਾ ਮਹੀਨਾ ਸੀ, ਉੱਤੇ ਤਾਜ਼ੀ ਹਵਾ ਵਗ ਰਹੀ ਸੀ। ਰੇਸ਼ਮਾ ਅਸਮਾਨ ਵੱਲ ਝਾਕ ਕੇ ਕਹਿਣ ਲੱਗੀ, ਇੱਥੇ ਵੀ ਅੰਮ੍ਰਿਤਸਰ ਵਾਲਾ ਹਾਲ ਹੈ ਦੀਦੀ, ਨਿਖਰਿਆ ਆਕਾਸ਼ ਤਾਂ ਦਿਸਦਾ ਹੀ ਨਹੀਂ, ਕਿੰਨੀ ਧੂੜ ਹੈ ਤੇ ਕਿੰਨਾ ਧੂੰਆਂ। ਹਾਂ ਇਹ ਤਾਂ ਹੈ, ਇੱਕ ਤਾਂ ਬਠਿੰਡੇ 'ਚ ਰੇਲ ਗੱਡੀਆਂ ਦਾ ਧੂੰਆਂ ਬਹੁਤ ਰਹਿੰਦਾ ਹੈ ਦਿਨ ਰਾਤ, ਦੂਜਾ ਇਹ ਥਰਮਲ ਪਲਾਂਟ, ਆਬਾਦੀ ਵੀ ਬਹੁਤ ਵੱਧ ਗਈ ਹੈ, ਇੰਨੀਆਂ ਕਾਰਾਂ ਟਰੱਕ ਟੈਂਪੂ, ਫਿਰ ਘਰਾਂ ਦਾ ਧੂੰਆਂ। ਅਜੇ ਤਾਂ ਤੜਕੇ ਪਤਾ ਲੱਗੂ ਜਦੋਂ ਇੰਚ ਇੰਚ ਸਵਾਹ ਕੱਪੜਿਆਂ 'ਤੇ ਜੰਮੀ ਪਈ ਹੋਈ। ਸੁਦੀਪ ਨੇ ਰੇਸ਼ਮਾ ਨੂੰ ਹੈਰਾਨ ਕੀਤਾ, ਉਹ ਕਿਵੇਂ ਜੀਜਾ ਜੀ? ਉਤਸੁਕ ਸੀ, ਇਹ ਥਰਮਲ ਪਲਾਂਟ ਹੈ ਨਾ, ਇਹਦੇ ਕਰਕੇ ਅਸਮਾਨ 'ਚ ਉੱਡੀ ਸਵਾਹ ਤੜਕੇ ਦੇ ਸਾਫ਼ ਵਾਯੂਮੰਡਲ 'ਚ ਧਰਤੀ ਉੱਤੇ ਉਤਰ ਆਉਂਦੀ ਹੈ। ਹੁਣ ਬਾਹਰ ਕੋਈ ਭਾਂਡਾ ਰੱਖ ਦਿਓ, ਸਵੇਰੇ ਉਂਗਲ ਫੇਰ ਕੇ ਦੇਖੋ, ਸਵਾਹ ਜੰਮੀ ਪਈ ਹੁੰਦੀ ਹੈ, ਸੁਦੀਪ ਬੋਲ ਰਿਹਾ ਸੀ। ਕਿੰਨੀ ਕਿੰਨੀ ਬਸ ਸਵਾਹ ਹੁੰਦੀ ਹੈ, ਤੁਸੀਂ ਤਾਂ ਇੰਚ ਇੰਚ ਕਹਿ ਰਹੇ ਸੀ, ਉਹ ਤਾਂ ਕਹਿਣ ਦੀ ਗੱਲ ਹੈ, ਬੁੜੀਆਂ ਕਹਿੰਦੀਆਂ ਨਹੀਂ ਹੁੰਦੀਆਂ। ਨਹਾ ਲੈਵੇ ਮੁੰਡਿਆ, ਗਿੱਟਿਆਂ ਦੇ ਮਣ ਮਣ ਮੈਲ ਜੰਮੀ ਹੋਈ ਹੈ, ਉਹ ਮੈਲ ਮਣ ਪੱਕੀ ਥੋੜਾ ਹੁੰਦੀ ਹੈ। ਉਹ ਨਿੱਕਾ ਨਿੱਕਾ ਹੱਸਣ ਲੱਗਿਆ, ਤੁਸੀਂ ਜੀਜਾ ਸਾਲੀ ਕਰੋ ਗੱਲਾਂ, ਮੈਂ ਤਾਂ ਚੱਲੀ ਬਰਤਨ ਸਾਫ਼ ਕਰਾਂ। ਅਲਕਾ ਥੱਲੇ ਉਤਰ ਗਈ। ਹਾਂ ਕੀ ਕਹਾਣੀ ਹੈ ਉਹ? ਕਿਹੜੀ? ਜਿਹੜੀ ਤੂੰ ਸੁਣਾਉਣਾ ਚਾਹੁੰਦੀ ਸੀ, ਅਖੇ ਲਿਖੋਏ। ਅੱਛਾ ਅੱਛਾ, ਰੇਸ਼ਮਾ ਜਿਵੇਂ ਆਪਣੇ ਅੰਦਰ ਉਤਰਨ ਲੱਗੀ ਹੋਵੇ। ਦੱਸਣ ਲੱਗੀ, ਅੰਮ੍ਰਿਤਸਰ ਜਿੱਥੇ ਅਸੀਂ ਰਹਿੰਦੇ ਹਾਂ ਨਾ, ਹੁਣ ਮਤਲਬ ਜਿਹੜਾ ਇਹਨਾਂ ਦਾ ਪੁਰਾਣਾ ਮਕਾਨ ਹੈ, ਸਾਡੇ ਗੁਆਂਢ 'ਚ ਇੱਕ ਔਰਤ ਹੈ, ਕੋਮਲ ਹੈ ਉਹਦਾ ਨਾਂ, ਖਾਸਾ ਚੰਗਾ ਵਪਾਰ ਹੈ ਉਹਦੇ ਹਸਬੈਂਡ ਦਾ, ਉਹ ਦੋ ਭਾਈ ਨੇ, ਛੋਟਾ ਉਹਦੇ ਨਾਲ ਹੀ ਕੰਮ ਕਰਦਾ, ਉਹਦੇ ਹਸਬੈਂਡ ਤੋਂ ਕਾਫ਼ੀ ਛੋਟਾ ਹੋਣਾ, ਛੋਟੇ ਦੀ ਉਮਰ 30-32 ਸਾਲ ਹੋਏਗੀ। ਪਹਿਲਾਂ ਤਾਂ ਅਸੀਂ ਸੋਚਦੇ ਹੁੰਦੇ ਕਿ ਛੋਟਾ ਵਿਆਹ ਕਿਉਂ ਨਹੀਂ ਕਰਾਉਂਦਾ, ਚੰਗਾ ਸੋਹਣਾ ਜਵਾਨ ਹੈ, ਕਮਾਊ ਹੈ, ਪਰ ਵਿਆਹ? ਫਿਰ ਅਸੀਂ ਅੰਦਾਜ਼ਾ ਲਾਇਆ ਕਰੀਏ ਕਿ ਭਰਜਾਈ ਨਾਲ ਉਹਦੇ ਸੰਬੰਧ ਹੋਣਗੇ, ਭਰਜਾਈ ਉਹਦਾ ਵਿਆਹ ਨਹੀਂ ਹੋਣ ਦਿੰਦੀ, ਪਰ ਗੱਲ ਤਾਂ ਉਲਟ ਨਿਕਲੀ, ਹੁਣ ਕੋਮਲ ਉਹਦੀ ਭਰਜਾਈ ਦਿਨੋਂ ਦਿਨ ਸੁੱਕੀ ਜਾਂਦੀ ਹੈ। ਇਸ ਗਲੀ ਗੁਆਂਢ ਵਿੱਚ ਹਰ ਕਿਸੇ ਨੂੰ ਪਤਾ ਹੈ। ਵਿਚਲੀ ਗੱਲ ਕੀ ਹੈ, ਉਹ ਛੋਟਾ ਜਦੋਂ ਵਿਆਹ ਲਿਆ ਨਾ, ਘਰ ਵਾਲੀ 2-4 ਵਾਰ ਆਈ, ਫਿਰ ਕਈ ਮਹੀਨੇ ਆਈ ਨਾ, ਤੇ ਫਿਰ ਉਹਨਾਂ ਦੇ ਘਰ ਛੋਟੇ ਮੁੰਡੇ ਦੇ ਸਹੁਰਿਆਂ ਦੇ ਫੋਨ ਆਇਆ ਕਰਨ, ਘੁਸਰ ਮੁਸਰ ਜੀ ਹੁੰਦੀ ਰਿਹਾ ਕਰੇ, ਪਤਾ ਭਾਈ ਕੋਈ ਨਾ ਲੱਗੇ ਕਿਸੇ ਨੂੰ। ਫਿਰ ਛੋਟੇ ਦੀ ਬਹੂ ਆ ਗਈ, ਫਿਰ ਕੀ ਹੋਇਆ? ਅਸੀਂ ਇੱਕ ਗੱਲ ਹੋਰ ਦੇਖੀ, ਜਦੋਂ ਬਹੂ ਉੱਥੇ ਨਹੀਂ ਸੀ
ਛੋਟਾ ਭਰਾ ਖੁਸ਼ ਰਹਿੰਦਾ, ਜਦੋਂ ਫਿਰ ਮੁੜ ਕੇ ਆ ਗਈ ਤਾਂ ਉਦਾਸ ਰਹਿਣ ਲੱਗਿਆ। ਮੂੰਹ ਲਟਕਾਈ ਰੱਖਿਆ ਕਰੇ, ਫਿਰ ਕਈ ਮਹੀਨਿਆਂ ਪਿੱਛੋਂ ਸਹਿਜ ਹੋ ਗਿਆ। ਉਹਦੀ ਬਹੂ ਵੀ ਟੈਕਣ ਲੱਗੀ, ਫਿਰ ਬਹੂ ਕੋਲ ਇੱਕ ਮੁੰਡਾ ਹੋ ਗਿਆ, ਫਿਰ ਇੱਕ ਹੋਰ ਮੁੰਡਾ, ਹੁਣ ਦੋ ਮੁੰਡੇ ਨੇ ਉਹਦੇ। ਕੀ ਗੱਲ ਬਣੀ, ਇਹ ਕੋਈ ਲਿਖਣ ਵਾਲੀ ਗੱਲ ਹੈ? ਇਹ ਤਾਂ ਆਮ ਜੀ ਘਰੇਲੂ ਵਾਰਤਾ ਹੈ, ਸੰਦੀਪ ਨੇ ਕਿਹਾ। ਫਿਰ ਪੁੱਛਣ ਲੱਗਿਆ, ਹੋਰ ਸੁਣਾ ਤਰਸੇਮ ਲਾਲ ਜੀ ਦਾ ਕੀ ਹਾਲ ਹੈ? ਉਹ ਗੱਲਾਂ ਕਰ ਹੀ ਰਹੇ ਸੀ, ਥੱਲੇ ਉਹਨਾਂ ਨੂੰ ਬੱਚਿਆਂ ਦਾ ਰੌਲਾ ਸੁਣਿਆ, ਚੀਕਦੇ ਭੱਜੇ ਆਉਂਦੇ ਤਿੰਨੋਂ ਬੱਚੇ। ਸੰਦੀਪ ਨੇ ਜੰਗਲੇ ਉੱਤੋਂ ਦੀ ਸਿਰ ਕੱਢ ਕੇ ਪੁੱਛਿਆ, ਅਲਕਾ ਕੀ ਹੋ ਗਿਆ? ਉਹ ਰਸੋਈ ਤੋਂ ਬਾਹਰ ਹੋਈ, ਪੁੱਛਿਆ, ਕੀ ਆਖਿਆ ਜੀ? ਇਹ ਜਵਾਕਾਂ ਨੂੰ ਕੀ ਹੋ ਗਿਆ? ਚਿੱਤਰਹਾਰ ਕਹਿ ਕੇ ਰਸੋਈ ਅੰਦਰ ਫਿਰ ਚਲੀ ਗਈ। ਰੇਸ਼ਮਾ ਉੱਥੇ ਉੱਥੇ ਖੜੀ ਰਹੀ, ਉਹਨੇ ਪੁੱਛਿਆ ਤਾਂ ਸੁਦੀਪ ਕਹਿੰਦਾ, ਟੀਵੀ ਕਲਚਰ, ਅੱਛਾ ਚਿੱਤਰਹਾਰ ਦਾ ਵੇਲਾ ਹੋ ਗਿਆ, ਅੱਜ ਬੁੱਧਵਾਰ ਹੈ ਨਾ? ਤਰਸੇਮ ਲਾਲ ਜੀ ਖੁਸ਼ ਨੇ? ਸੁਦੀਪ ਨੇ ਮੁੜ ਕੇ ਗੱਲ ਛੇੜੀ, ਉਹ ਵੀ ਦੱਸਦੀ ਹਾਂ ਪਰ ਤੁਸੀਂ ਪੂਰੀ ਗੱਲ ਤਾਂ ਸੁਣੀ ਨਹੀਂ। ਕਿਹੜੀ? ਉਹ ਚੌਂਕਿਆ, ਕਹਾਣੀ ਜਿਹੜੀ ਮੈਂ ਸੁਣਾ ਰਹੀ ਸੀ ਉਹ ਤਾਂ ਮੁੱਕ ਗਈ? ਨਹੀਂ, ਅਸਲੀ ਗੱਲ ਤਾਂ ਅਜੇ ਰਹਿੰਦੀ ਹੈ। ਚੰਗਾ, ਬਾਕੀ ਜੋ ਹੈ ਉਹ ਵੀ ਸੁਣਾ ਦੇ। ਉਹ ਛੋਟੇ ਦੀ ਬਹੂ ਦੇ ਜਿਹੜੇ ਦੋ ਮੁੰਡੇ ਨੇ ਨਾ, ਕੋਮਲ ਕਹਿੰਦੀ ਹੈ, ਉਹਦੇ ਹਸਬੈਂਡ ਦੇ ਮੁੰਡੇ ਨੇ। ਇਹ ਕਿਵੇਂ ਬਈ? ਕੋਮਲ ਨੂੰ ਜਦੋਂ ਇਸ ਭੇਦ ਦਾ ਪਤਾ ਲੱਗਿਆ ਤਾਂ ਉਹਨੇ ਘਰ 'ਚ ਕਲੇਸ਼ ਪਾ ਕੇ ਦਿਓਰ ਨੂੰ ਅੱਡ ਕਰ ਦਿੱਤਾ ਸੀ, ਪਰ ਉਹਦਾ ਹਸਬੈਂਡ ਉੱਥੇ ਵੀ ਜਾਂਦਾ ਰਹਿੰਦਾ, ਛੋਟੇ ਦੇ ਘਰ। ਅੱਛਾ, ਛੋਟੇ ਭਾਈ ਨੂੰ ਪਤਾ ਹੈ ਸਾਰਾ ਉਹਨਾਂ ਦਾ ਬਿਜ਼ਨਸ? ਬਿਜ਼ਨਸ ਅਜੇ ਵੀ ਸਾਂਝਾ ਹੈ, ਬਸ ਘਰ ਦੋ ਹੋ ਗਏ। ਛੋਟਾ ਭਾਈ ਕਿਵੇਂ ਸਹਿਨ ਕਰੀ ਜਾਂਦਾ ਹੈ ਸਭ? ਮਰਦ ਉਹ ਕਦੇ ਵੀ ਨਹੀਂ ਸੀ, ਫਿਰ ਉਹਨੇ ਵਿਆਹ ਕਿਉਂ ਕਰਾਇਆ? ਪਹਿਲਾਂ ਨਹੀਂ ਪਤਾ ਹੋਣਾ ਉਹਨੂੰ। ਸੁਦੀਪ ਇੱਕ ਬਿੰਦ ਗੰਭੀਰ ਹੋ ਗਿਆ, ਫਿਰ ਬੋਲਿਆ, ਹਾਂ ਹੁਣ ਬਣਦੀ ਹੈ ਕੁਛ ਕੁਛ ਗੱਲ। ਕੋਮਲ ਕਹਿੰਦੀ ਹੈ ਚਾਹੇ ਉਹਦਾ ਹਸਬੈਂਡ ਉਹਨੂੰ ਵੀ ਬਹੁਤ ਚਾਹੁੰਦਾ ਹੈ, ਪਰ ਉਹ ਇਹ ਸਭ ਬਰਦਾਸ਼ਤ ਨਹੀਂ ਕਰਦੀ। ਉਹਨੂੰ ਲੱਗਦਾ ਹੈ ਉਹਦਾ ਹਸਬੈਂਡ ਅੱਧਾ ਕਿਸੇ ਹੋਰ ਦਾ ਹੈ, ਬਸ ਇਸੇ ਗਮ 'ਚ ਸੁੱਕਦੀ ਰਹਿੰਦੀ ਹੈ। ਸਾਰੇ ਕੰਮ ਮੁਕਾ ਕੇ ਅਲਕਾ ਛੱਤ ਉੱਤੇ ਆ ਗਈ। ਗੁਟਕੀ, ਜੀਜਾ ਸਾਲੀ 'ਚ ਕੀ ਗੁੱਝੀਆਂ ਗੱਲਾਂ ਹੋ ਰਹੀਆਂ ਨੇ? ਕੋਈ ਖਾਸ ਨਹੀਂ, ਸੁਦੀਪ ਨੇ ਸਹਿਜਤਾ ਨਾਲ ਕਿਹਾ। ਖਾਸ ਫਿਰ ਕਦੋਂ ਕਰਨੀਆਂ ਨੇ ਜੀਜਾ ਸਾਲੀ ਨੇ? ਨੇਤੇ ਨੂੰ ਯਾਦ ਕਰਦੇ ਹੋ, ਹੁਣ ਆ ਗਈ ਤਾਂ ਕਰੋ ਗੱਲਾਂ ਜੀ ਭਰ ਕੇ ਆਪਣੀ ਲਾਡਲੀ ਨਾਲ। ਹਾਂ ਹੁਣ ਤਾਂ ਕਈ ਦਿਨ ਰਹੇਗੀ, ਇਹ ਗੱਲਾਂ ਵੀ ਹੁੰਦੀਆਂ ਰਹਿਣਗੀਆਂ, ਸੁਦੀਪ ਨੇ ਕਿਹਾ। ਰੇਸ਼ਮਾ ਕਿੰਨੇ ਦਿਨ ਦਾ ਪ੍ਰੋਗਰਾਮ ਬਣਾ ਕੇ ਆਈ ਹੈ? ਅਲਕਾ ਨੇ ਪੁੱਛਿਆ। ਜਿੰਨੇ ਦਿਨ ਰੱਖ ਸਕੋ, ਅਸੀਂ ਤਾਂ ਕਹਿੰਦੇ ਇੱਥੇ ਹੀ ਰਹਿ। ਅਲਕਾ ਹੱਸਣ ਲੱਗੀ, ਸ਼ਾਇਦ ਇੱਥੇ ਹੀ ਰਹਿਣਾ ਪੈ ਜਾਏ, ਰੇਸ਼ਮਾ ਦੇ ਬੋਲਾਂ 'ਚ ਉਦਾਸੀ ਸੀ। ਪਰ ਮੀਆਂ ਬੀਵੀ ਨੇ ਇਹਦਾ ਕੋਈ ਨੋਟਿਸ ਨਹੀਂ ਲਿਆ। ਅਗਲੇ ਦਿਨ ਸਵੇਰੇ ਉਹ ਜਾਗੇ ਤਾਂ ਚਾਹ ਪੀਂਦੇ ਵਕਤ ਰੇਸ਼ਮਾ ਬੋਲੀ, ਜੀਜਾ ਜੀ ਅੱਜ ਕਿੱਥੇ ਲੈ ਕੇ ਜਾ ਰਹੇ ਹੋ ਮੈਨੂੰ? ਬਈ ਵਾਹ, ਤੂੰ ਸਾਡੇ ਕੋਲ ਹੀ ਹੈ, ਮੈਂ ਤੈਨੂੰ ਹੋਰ ਕਿੱਧਰ ਲੈ ਕੇ ਜਾਣਾ? ਨਹੀਂ ਮੇਰਾ ਮਤਲਬ ਇੱਥੇ ਬਠਿੰਡੇ 'ਚ ਕਿਹੜੀ ਕੋਈ ਥਾਂ ਦੇਖਣ ਵਾਲੀ? ਕਹਿਣ ਨੂੰ ਤਾਂ ਕਈ ਨਹੀਂ, ਪਰ ਕੀ ਪਤਾ ਉਹ ਤੇਰੇ ਦੇਖਣ ਲਈ ਥਾਂ ਹੋਵੇਗੀ ਜਾਂ ਨਹੀਂ। ਮਸਲਨ ਬਠਿੰਡੇ ਦਾ ਕਿਲ੍ਹਾ ਬਹੁਤ ਮਸ਼ਹੂਰ ਹੈ, ਰਜ਼ੀਆ ਸੁਲਤਾਨਾ ਇਸ ਕਿਲ੍ਹੇ 'ਚ ਰਹਿ ਕੇ ਰਾਜ ਕਰਦੀ ਰਹੀ ਹੈ, ਇਤਿਹਾਸਿਕ ਕਿਲ੍ਹਾ ਹੈ। ਹੋਰ ਨਵੀਆਂ ਥਾਵਾਂ 'ਚੋਂ ਥਰਮਲ ਪਲਾਂਟ ਕਹਿ ਸਕਦੇ ਹਾਂ, ਉਹਦੇ ਨਾਲ ਹੀ ਰੋਜ਼ ਗਾਰਡਨ ਹੈ, ਪੁਰਾਣੀਆਂ ਵਿੱਚੋਂ 7 ਲਾਈਨਾਂ ਵਾਲਾ ਰੇਲਵੇ ਸਟੇਸ਼ਨ। ਰੇਲਵੇ ਸਟੇਸ਼ਨ ਦਾ ਹਰ ਥਾਂ ਇੱਕੋ ਜਿਹੇ ਹੁੰਦੇ, ਉਹਦੇ 'ਚ ਕੁਛ ਨਵਾਂ ਨਹੀਂ ਹੋਏਗਾ, ਉਹ ਛੱਡੋ। ਕੈਂਟ ਹੈ, ਉਹਦੇ 'ਚ ਵੀ ਨਵਾਂ ਕੁਛ ਨਹੀਂ, ਛਾਉਣੀਆਂ ਸਭ ਥਾਂ ਇੱਕੋ ਜਿਹੀਆਂ ਹੁੰਦੀਆਂ ਨੇ, ਹੈ ਨਾ? ਉਹ ਹੱਸਿਆ। ਅੱਛਾ ਚਲੋ ਰੋਜ਼ ਗਾਰਡਨ ਚੱਲਦੇ ਹਾਂ, ਰੇਸ਼ਮਾ ਨੇ ਲੱਚੜ ਕੇ ਕਿਹਾ। ਠੀਕ ਹੈ, ਤੇ ਫਿਰ ਸੁਦੀਪ ਅਲਕਾ ਨੂੰ ਕਹਿਣ ਲੱਗਿਆ, ਆਲੂਆਂ ਵਾਲੇ ਪਰਾਂਠੇ ਪਕਾ ਲੈ, ਕੋਈ ਅਚਾਰ ਲੈ ਚੱਲ, ਅੰਡਿਆਂ ਦੀ ਭੁਰਜੀ, ਨਾਸ਼ਤਾ ਉੱਥੇ ਹੀ ਕਰਾਂਗੇ, 12 ਵਜੇ ਤੋਂ ਪਹਿਲਾਂ ਵਾਪਸੀ, ਫਿਰ ਤਾਂ ਧੁੱਪ ਬਹੁਤ ਤਿੱਖੀ ਹੋ ਜਾਂਦੀ ਹੈ। ਤੁਸੀਂ ਦਫ਼ਤਰੋਂ ਅੱਜ ਛੁੱਟੀ ਲੈ ਲਓ, ਰੇਸ਼ਮਾ ਨੇ ਕਿਹਾ। ਛੁੱਟੀ ਮੈਂ ਕਿਤੋਂ ਲੈਣੀ ਹੈ? ਇੱਥੇ ਗੁਆਂਢ 'ਚੋਂ ਕਲਰਕ ਕੁੜੀ ਨੂੰ ਫੋਨ ਕਰ ਦੇਣਾ ਹੈ, ਬਸ। ਨਵਾਂ ਇਸ਼ੂ ਕੱਲ੍ਹ ਪੋਸਟ ਹੋ ਗਿਆ ਸੀ, ਅੱਜ ਮੈਟਰ ਦੇਣਾ ਹੈ ਪ੍ਰੈਸ ਨੂੰ, ਕੱਲ੍ਹ ਦੇ ਦਿਆਂਗੇ, ਬਸ ਅੱਲਾ ਅੱਲਾ ਖੈਰ ਸੱਲਾ। ਮੰਮੀ ਪਾਪਾ ਦੀਆਂ ਗੱਲਾਂ ਸੁਣ ਕੇ ਦਿਨੇਸ਼ ਤੇ ਸੋਨੀਆ ਆਪਣੇ
ਬਸਤਿਆਂ ਵਿੱਚੋਂ ਕਾਪੀਆਂ ਕੱਢ ਕੇ ਛੁੱਟੀ ਦੀ ਅਰਜ਼ੀ ਲਿਖਣ ਲੱਗੇ। ਰੇਸ਼ਮਾ ਨੇ ਤਿੰਨਾਂ ਬੱਚਿਆਂ ਨੂੰ ਤਿਆਰ ਕਰ ਦਿੱਤਾ, ਫਿਰ ਆਪ ਵੀ ਨਹਾ ਕੇ ਤਿਆਰ ਹੋ ਗਈ। ਉਨੀ ਦੇਰ ਤੱਕ ਸੁਦੀਪ ਅਖਬਾਰ ਪੜ੍ਹਦਾ ਰਿਹਾ। ਅਲਕਾ ਨੇ ਆਲੂ ਉਬਲਣੇ ਧਰ ਦਿੱਤੇ ਸੀ, ਫਿਰ ਸੁਦੀਪ ਨਹਾ ਲਿਆ। ਬੱਚੇ ਸਵੇਰ ਦਾ ਟੈਲੀਵਿਜ਼ਨ ਦੇਖਣ ਲੱਗੇ। ਅਲਕਾ ਪਰਾਂਠੇ ਪਕਾ ਰਹੀ ਸੀ, ਰੇਸ਼ਮਾ ਸੁਦੀਪ ਨੂੰ ਲੈ ਕੇ ਬੈਠ ਗਈ। ਉਹ ਇੱਕ ਅਲੱਗ ਕਮਰੇ 'ਚ ਸਨ। ਰੇਸ਼ਮਾ ਕਹਿ ਰਹੀ ਸੀ, ਜੀਜਾ ਜੀ ਲਓ, ਮੈਂ ਤੁਹਾਨੂੰ ਇੱਕ ਔਰਤ ਦੀ ਸੱਚੀ ਕਹਾਣੀ ਸੁਣਾਉਣੀ ਹੈ। ਕੱਲ੍ਹ ਜੋ ਸੁਣਾਈ ਸੀ ਉਹ ਨਹੀਂ ਸੀ ਸੱਚੀ, ਉਹ ਵੀ ਸੱਚੀ ਸੀ, ਇੱਕ ਹੋਰ ਸੁਣੋ, ਇਹ ਵੀ ਲਿਖਿਓ, ਚੱਲ ਸੁਣਾ ਦੇ। ਉਹ ਔਰਤ ਨੇ ਖੁਦ ਮੈਨੂੰ ਇਹ ਗੱਲ ਸੁਣਾਈ ਸੀ। ਦੋ ਦੋਸਤ ਨੇ ਉੱਥੇ ਅੰਮ੍ਰਿਤਸਰ ਇੱਕ ਧਾਗਾ ਫੈਕਟਰੀ 'ਚ ਕੰਮ ਕਰਦੇ ਆ, ਇੱਕੋ ਕਮਰੇ ਵਿੱਚ ਰਹਿੰਦੇ ਹੁੰਦੇ ਆ, ਹੁਣ ਵੀ ਉਸੇ ਕਮਰੇ 'ਚ ਨੇ। ਲਓ ਜੀ, ਬੜਾ ਪਿਆਰ ਦੋਵਾਂ 'ਚ, ਸਕੇ ਭਰਾਵਾਂ ਤੋਂ ਵੱਧ, ਜਿਵੇਂ ਇੱਕ ਨੂੰ ਦੂਜੇ ਵਿੱਚੋਂ ਦੀ ਸਾਹ ਆਉਂਦਾ ਹੋਵੇ। ਇੱਕੋ ਖਾਣ ਪੀਣ, ਇੱਕੋ ਜੇ ਕੱਪੜੇ ਆਉਂਦੇ, ਮਿੱਤਰ ਮੰਡਲੀ 'ਚ ਫਿਰ ਇੱਕ ਦਾ ਵਿਆਹ ਹੋ ਗਿਆ। ਸ਼ਾਦੀਸ਼ੁਦਾ ਬੰਦੇ ਨੇ ਆਪਣੀ ਘਰਵਾਲੀ ਨੂੰ ਪਹਿਲੇ ਦਿਨ ਹੀ ਕਹਿ ਦਿੱਤਾ ਕਿ ਉਹਦੇ ਦੋਸਤ ਨੂੰ ਆਪਣਾ ਪਤੀ ਸਮਝੇ। ਉਹਨਾਂ 'ਚ ਕੋਈ ਫਰਕ ਨਹੀਂ, ਉਹ ਚੀਜ਼ ਵੰਡ ਕੇ ਖਾਂਦੇ ਹਨ। ਪਤੀ ਦੀ ਗੱਲ ਸੁਣ ਕੇ ਉਹਦੇ ਜਿਵੇਂ ਆਸਾਨ ਹੀ ਮਾਰੇ ਗਏ ਹੋਣ। ਉਹਦੀ ਹੋਸ਼ ਉੱਡ ਗਈ, ਉਹਨੂੰ ਕੋਈ ਸਮਝ ਨਹੀਂ ਆਈ ਕਿ ਉਹ ਬੁਰਾ ਕਰ ਰਹੀ ਹੈ। ਸੁਪਨੇ ਜਿਹੀ ਜ਼ਿੰਦਗੀ 'ਚ ਕਈ ਮਹੀਨੇ ਲੰਘ ਗਏ, ਹੁਣ ਉਹਨੂੰ ਬੱਚਾ ਹੋਣਾ ਹੈ, ਪਰ ਉਹਨੂੰ ਸੋਝੀ ਨਹੀਂ ਕਿ ਉਹ ਆਪਣੇ ਆਉਣ ਵਾਲੇ ਬੱਚੇ ਦੇ ਚਿਹਰੇ ਵਿੱਚ ਕਿਸ ਮਰਦ ਦੀ ਨੁਹਾਰ ਦੇਖੇਗੀ। ਕੁਝ ਉਹਦੇ ਅੰਦਰੋਂ ਖੁਰਦਾ ਰਹਿੰਦਾ ਹੈ, ਵਿਆਹ ਦਾ ਸੰਕਲਪ ਕਦੇ ਉਹਦੇ ਚੇਤੇ 'ਚ ਆਇਆ ਹੀ ਨਹੀਂ। ਵਿਆਹ ਦੇ ਨਾਂ ਉੱਤੇ ਉਹਨੂੰ ਵੇਸਵਾਪਣ ਮਿਲਿਆ। ਉਹ ਇਹ ਵੀ ਨਹੀਂ ਸੋਚ ਸਕਦੀ ਕਿ ਹੁਣ ਕੀ ਕੀਤਾ ਜਾਏ। ਉਹਦਾ ਪਤੀ ਉਹਨੂੰ ਤਾਂ ਛੱਡ ਸਕਦਾ ਹੈ, ਆਪਣੇ ਦੋਸਤ ਨੂੰ ਕਦੇ ਨਹੀਂ ਛੱਡੇਗਾ। ਪਲਾਸਟਿਕ ਦੀ ਟੋਕਰੀ 'ਚ ਖਾਣ ਪੀਣ ਦਾ ਸਾਰਾ ਸਮਾਨ ਪਾ ਕੇ ਉਹ ਚੱਲ ਪਏ। ਘਰ ਨੂੰ ਬਾਹਰੋਂ ਜਿੰਦਾ ਲਾ ਦਿੱਤਾ, ਕਾਫ਼ੀ ਦਿਨ ਚੜ੍ਹ ਆਇਆ ਸੀ। ਉਹ ਬਾਜ਼ਾਰ 'ਚ ਆ ਗਏ ਅਤੇ ਰਿਕਸ਼ਿਆਂ ਦੀ ਇੰਤਜ਼ਾਰ ਕਰਨ ਲੱਗੇ। ਸੁਦੀਪ ਇੱਕ ਦੁਕਾਨ 'ਤੇ ਗਿਆ ਅਤੇ ਆਪਣੇ ਦਫ਼ਤਰ ਦੀ ਕਲਰਕ ਕੁੜੀ ਨੂੰ ਫੋਨ ਕਰ ਦਿੱਤਾ। ਉਦੋਂ ਤੱਕ ਉਹ ਦਫ਼ਤਰ ਆ ਚੁੱਕੀ ਸੀ, ਦੋ ਰਿਕਸ਼ਿਆਂ 'ਚੋਂ ਜਾ ਰਹੇ ਸੀ। ਰਾਹ 'ਚ ਸੜਕ ਉੱਤੇ ਦੋ ਨਵੇਂ ਸਿਨੇਮਾ ਘਰ ਆਏ। ਰੇਸ਼ਮਾ ਸੁਦੀਪ ਨਾਲ ਬੈਠੀ ਹੋਈ ਸੀ, ਨਾਲ ਹੀ ਰੇਸ਼ਮਾ ਦਾ ਮੁੰਡਾ ਰੋਹਿਤ ਅਲਕਾ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਦੂਜੇ ਰਿਕਸ਼ੇ 'ਚ ਸੀ। ਟੋਕਰੀ ਵੀ ਉਹਦੇ ਕੋਲ ਸੀ। ਸੁਦੀਪ ਨੇ ਦੱਸਿਆ ਕਿ ਇਹ ਦੋਵੇਂ ਸਿਨੇਮਾ ਘਰ ਬਠਿੰਡੇ ਦੀ ਨਵੀਂ ਉਸਾਰੀ ਵੇਲੇ ਬਣੇ ਸੀ, ਨਹੀਂ ਤਾਂ ਪਹਿਲਾਂ ਬਠਿੰਡੇ 'ਚ ਸਿਰਫ ਇੱਕ ਸਿਨੇਮਾ ਘਰ ਹੁੰਦਾ ਸੀ, ਉਹ ਹੁਣ ਬੰਦ ਪਿਆ, ਉਹਦਾ ਕੋਈ ਝਗੜਾ ਚੱਲ ਰਿਹਾ। ਰੇਸ਼ਮਾ ਨੇ ਜਿਵੇਂ ਦੋਵੇਂ ਸਿਨੇਮਿਆਂ ਦੇ ਬੋਰਡਾਂ ਵੱਲ ਝਾਤ ਤਾਂ ਮਾਰੀ ਕਿ ਕਿਹੜੀ ਕਿਹੜੀ ਪਿਕਚਰ ਲੱਗੀ ਹੈ, ਪਰ ਪਿਕਚਰ ਵੇਖਣ ਦੀ ਦਿਲਚਸਪੀ ਨਹੀਂ ਦਿਖਾਈ, ਨਹੀਂ ਤਾਂ ਨਵੀਂ ਫਿਲਮ ਦਾ ਨਾਂ ਸੁਣ ਕੇ ਉਹ ਟੱਪ ਉੱਠਿਆ ਕਰਦੀ ਸੀ। ਜੀਜਾ ਜੀ ਹਾਏ, ਇਹ ਫਿਲਮ ਤਾਂ ਮੈਂ ਜ਼ਰੂਰ ਦੇਖਾਂਗੀ। ਪਰ ਇਹ ਗੱਲਾਂ ਅੰਮ੍ਰਿਤਸਰ ਦੀਆਂ ਸਨ, ਜਦੋਂ ਕੁਵਾਰੀ ਹੁੰਦੀ, ਜਦੋਂ ਵਕਤ ਦੇ ਝਮੇਲਿਆਂ 'ਚ ਤਿਲ ਮਾਤਰ ਵੀ ਨਹੀਂ ਫਸੀ ਸੀ। ਵਿਆਹ ਨੇ ਪਤਾ ਨਹੀਂ ਹੁਣ ਉਹਨੂੰ ਇੰਨਾ ਗੰਭੀਰ ਕਿਉਂ ਕਰ ਦਿੱਤਾ ਸੀ, ਉਹ ਐਸੀ ਸਮਝਦਾਰ ਜਿਹੀ ਕਿਉਂ ਬਣ ਗਈ ਸੀ। ਉਹਦੀਆਂ ਸਮਝਾਂ ਨੇ ਤਾਂ ਜਿਵੇਂ ਉਹਨੂੰ 10 ਵਰੇ ਅਗਾਂਹ ਲਿਜਾ ਕੇ ਕਿਸੇ ਉਦਾਸੀ ਜਿਹੀ ਫਿਜ਼ਾ 'ਚ ਖੜਾ ਕਰ ਦਿੱਤਾ ਹੋਵੇ। ਸੁਦੀਪ ਸੋਚ ਰਿਹਾ ਸੀ ਕਿ ਰੇਸ਼ਮਾ ਆਪਣੇ ਸੱਸ ਸਹੁਰੇ, ਕਿਸੇ ਨਣਦ ਦਿਓਰ ਜਾਂ ਤਰਸੇਮ ਲਾਲ ਦੀ ਗੱਲ ਕਿਉਂ ਨਹੀਂ ਕਰਦੀ, ਹੋਰਾਂ ਦੀਆਂ ਕਹਾਣੀਆਂ ਹੀ ਸੁਣਾਉਂਦੀ ਜਾ ਰਹੀ ਹੈ। ਰੋਜ਼ ਗਾਰਡਨ ਜਾ ਕੇ ਪਹਿਲਾਂ ਤਾਂ ਉਹਨਾਂ ਸਭ ਨੇ, ਫਿਰ ਤੁਰ ਕੇ ਫੁੱਲਾਂ ਦੇ ਬੂਟੇ ਦੇਖੇ, ਹਰ ਕਿਆਰੀ ਦੀ ਤਖਤੀ ਪੜ੍ਹਦੇ ਜਾ ਰਹੇ ਸਨ। ਸੁਦੀਪ ਖਾਸ ਤੌਰ 'ਤੇ ਰੇਸ਼ਮਾ ਨੂੰ ਫੁੱਲਾਂ ਬਾਰੇ ਦੱਸ ਰਿਹਾ ਸੀ। ਬੱਚਿਆਂ ਨੂੰ ਫੁੱਲ ਬੂਟੇ ਦੇਖਣ ਦਾ ਕੋਈ ਖਾਸ ਚਾਅ ਨਹੀਂ ਸੀ, ਉਹ ਤਾਂ ਇੱਕ ਦੂਜੇ ਨੂੰ ਛੇੜਦੇ, ਭੱਜਦੇ, ਦੂਰ ਨਿਕਲ ਜਾਂਦੇ, ਫਿਰ ਉੱਧਰੋਂ ਭੱਜੇ ਆਉਂਦੇ ਮੰਮੀਆਂ ਕੋਲ ਆ ਖੜਦੇ, ਮੰਮੀਆਂ ਦੇ ਹੱਥਾਂ ਦੀਆਂ ਉਂਗਲਾਂ ਫੜ ਕੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰਦੇ। ਘੰਟਾ ਭਰ ਘੁੰਮ ਫਿਰ ਕੇ ਉਹਨਾਂ ਨੇ ਇੱਕ ਟੂਟੀ ਤੋਂ ਪਾਣੀ ਪੀਤਾ, ਫਿਰ ਇੱਕ ਵੱਡੇ ਸਾਰੇ ਥੜੇ ਦੀ ਛਾਂ ਵਿੱਚ ਘਾਹ 'ਤੇ ਬੈਠ ਕੇ, ਬੱਚੇ ਟਿੱਕੇ ਨਹੀਂ ਬੈਠ ਰਹੇ ਸੀ। ਅਲਕਾ ਉਹਨਾਂ ਨੂੰ ਝਿੜਕ ਝਿੜਕ ਬਿਠਾਉਂਦੀ, ਪਰ ਉਹ ਝਿੜਕਾਂ ਦੀ ਕੋਈ ਪਰਵਾਹ ਨਾ ਕਰਦੇ ਅਤੇ ਉੱਠ ਕੇ ਇੱਧਰ ਉੱਧਰ ਭੱਜ ਜਾਂਦੇ। ਫੁੱਲਾਂ 'ਤੇ ਬੈਠੀਆਂ ਤਿੱਤਲੀਆਂ ਵਾਂਗ ਅਲਕਾ ਘਾਹ 'ਤੇ ਟੇਢੀ ਹੋ ਗਈ, ਥੱਕੀ ਥੱਕੀ ਲੱਗਦੀ ਸੀ।
ਬੱਚੇ ਹੁਣ ਦੂਰ ਜਾ ਚੁੱਕੇ ਸੀ। ਤਿੱਤਲੀਆਂ ਮਗਰ ਦੌੜਦੇ ਦੌੜਦੇ ਰੇਸ਼ਮਾ ਨੇ ਇੱਕ ਹੋਰ ਕਹਾਣੀ ਚੋਤੀ। ਕਹਿ ਰਹੇ ਸੀ, ਇਹ ਬਿਲਕੁਲ ਸੱਚੀ ਹੈ, ਤੂੰ ਸੱਚੀ ਆਖ ਕੇ ਸੁਣਾ ਰਹੀ ਹੈ ਤਾਂ ਮੈਂ ਸੱਚੀ ਸਮਝ ਕੇ ਹੀ ਸੁਣ ਰਿਹਾ। ਸੁਣਾ, ਜਿੱਥੇ ਸਾਡਾ ਪੁਰਾਣਾ ਮਕਾਨ ਹੈ ਨਾ, ਉਸੇ ਮੁਹੱਲੇ ਦੀ ਦੂਜੀ ਗਲੀ 'ਚ ਇੱਕ ਹਵੇਲੀ ਹੈ, ਛੋਟੀਆਂ ਇੱਟਾਂ ਦੀ। ਤੁਸੀਂ ਦੇਖੀ ਹੋਣੀ ਹੈ, ਮੇਨ ਗੇਟ ਉੱਚਾ ਜਿਹਾ, ਦਿਹਲੀ ਤੱਕ 3-4 ਪੌੜੀਆਂ ਨੇ। ਉਸ ਹਵੇਲੀ ਨੂੰ ਰਾਮਦਾਸ ਹਵੇਲੀ ਆਖਦੇ ਨੇ। ਸੇਠ ਰਾਮਦਾਸ ਬੜਾ ਵੱਡਾ ਵਪਾਰੀ ਸੀ ਕੱਪੜੇ ਦਾ। ਉਹਦੇ 4 ਮੁੰਡੇ ਸੀ, ਹੁਣ 3 ਰਹਿ ਗਏ, ਇੱਕ ਮਰ ਗਿਆ। ਵੱਡੇ ਤੋਂ ਛੋਟਾ ਸੀ ਮਰਨ ਵਾਲਾ। ਖਾਨਦਾਨੀ ਰਵਾਇਤ ਉਹਨਾਂ ਦੇ ਪਰਿਵਾਰਾਂ 'ਚ ਬਹੂ ਜੇ ਰੰਡੀ ਹੋ ਜਾਏ ਤਾਂ ਮਾਪੇ ਉਹਦਾ ਦੂਜਾ ਵਿਆਹ ਨਹੀਂ ਕਰਦੇ, ਸਹੁਰੇ ਘਰ ਹੀ ਆਪਣੀ ਸਾਰੀ ਉਮਰ ਬਿਤਾ ਦਿੰਦੀ ਹੈ। ਉਹਦਾ ਇੱਕ ਬੱਚਾ ਵੀ ਹੈ, ਉਹਨੂੰ ਵੱਖਰਾ ਕਮਰਾ ਦਿੱਤਾ ਹੋਇਆ। ਸਾਰਾ ਟੱਬਰ ਇਕੱਠਾ, ਸਾਰਿਆਂ ਦੀ ਇੱਕ ਥਾਂ ਰੋਟੀ ਬਣਦੀ ਹੈ। ਉਸ ਔਰਤ ਦੇ ਦੋਵੇਂ ਦਿਓਰ ਵਿਆਹੇ ਵਰੇ ਨੇ। ਰੰਡੀ ਔਰਤ ਤਿੰਨਾਂ ਭਰਾਵਾਂ ਦੀ ਰਖੇਲ ਬਣ ਕੇ ਰਹਿ ਗਈ ਹੈ। ਜੇਠ ਕੋਈ ਵੀ ਮੌਕਾ ਤਾੜ ਕੇ ਉਹਦੇ ਕਮਰੇ 'ਚ ਆ ਵੜਦਾ। ਦਿਓਰ ਵੀ ਐਵੇਂ ਹੀ ਕਰਦੇ ਆ, ਉਹ ਆਪਣੇ ਮਾਂ ਬਾਪ ਕੋਲ ਜਾਵੇ ਤਾਂ 5-7 ਦਿਨਾਂ ਬਾਅਦ ਹੀ ਕੋਈ ਉਹਨੂੰ ਜਾ ਕੇ ਲੈ ਆਉਂਦਾ। ਕਦੇ ਕਦੇ ਦਿਓਰ ਤੇ ਕਦੇ ਜੇਠ ਸਾਹਿਬ, ਤਿੰਨਾਂ ਦੀਆਂ ਬਹੂਆਂ ਨੂੰ ਸਭ ਪਤਾ, ਪਰ ਬੋਲਦੀ ਕੁਸਕਦੀ ਕੋਈ ਨਹੀਂ। ਖਾਨਦਾਨੀ ਰੋਹ ਬਹੁਤ ਭਾਰੂ ਹੈ। ਉਹ ਵਿਚਾਰੀ ਘਰ 'ਚ ਖਾਧੀ ਜਾਣ ਵਾਲੀ ਇੱਕ ਵਸਤੂ ਬਣ ਕੇ ਰਹਿ ਗਈ। ਜਿਵੇਂ ਕੱਕੜੀ, ਖਰਬੂਜਾ ਜਾਂ ਕੋਈ ਵੀ ਚੀਜ਼ ਫਰਿੱਜ 'ਚ ਪਈ ਹੋਈ, ਕੋਈ ਵੀ ਫਰਿੱਜ ਖੋਲ੍ਹੇ, ਇੱਛਾ ਅਨੁਸਾਰ ਖਾ ਲਵੇ। ਉਸ ਔਰਤ ਨੇ ਕਦੇ ਕੋਈ ਇਨਕਾਰ ਦੀ ਭਾਵਨਾ ਨਹੀਂ ਦਿਖਾਈ, ਸੁਦੀਪ ਨੇ ਪੁੱਛਿਆ। ਉਹ ਖਾਨਦਾਨੀ ਔਰਤ ਹੈ, ਬਾਹਰ ਤਾਂ ਇਹ ਹਵਾ ਬਣੀ ਹੋਈ ਹੈ ਕਿ ਤਿੰਨੇ ਭਰਾ ਆਪਣੀ ਇੱਕ ਵਿਧਵਾ ਭਰਜਾਈ ਦੀ ਕਿੰਨੀ ਸੇਵਾ ਸੰਭਾਲ ਕਰਦੇ ਨੇ। ਭਤੀਜਾ ਪਲ ਰਿਹਾ, ਉਹ ਕੋਈ ਵਿਦਰੋਹ ਕਰੇਗੀ ਤਾਂ ਬਾਹਰਲੀ ਹਵਾ ਖਰਾਬ ਹੋ ਜਾਏਗੀ। ਉਹ ਚੁੱਪ ਚਾਪ ਸਭ ਸਹਿੰਦੀ ਜਾ ਰਹੀ ਹੈ। ਖਾਨਦਾਨ ਦੀ ਸਾਊ ਨੂੰ ਧੀ ਜੋ ਹੋਈ, ਉਂਝ ਕਦੇ ਵੀ ਕੋਈ ਹੋਰ ਘਟਨਾ ਵਾਪਰੀ ਹੋਵੇ। ਹਾਂ, ਇਹੀ ਮੈਂ ਤੁਹਾਨੂੰ ਦੱਸਣ ਲੱਗੀ ਸੀ। ਉਹਨਾਂ ਦੀ ਕੱਪੜੇ ਦੀ ਬਹੁਤ ਵੱਡੀ ਦੁਕਾਨ ਹੈ, ਥੋਕ ਦੀ ਦੁਕਾਨ ਹੈ, ਲੱਖਾਂ ਰੁਪਏ ਦਾ ਲੈਣ ਦੇਣ ਰਹਿੰਦਾ ਹੈ। ਦੁਕਾਨ ਉੱਤੇ 18-20 ਨੌਕਰ ਵੀ ਕੰਮ ਕਰਦੇ ਹੈ। ਨੌਕਰ ਘਰ ਵੀ ਕੰਮਕਾਰਾਂ ਦੇ ਸਿਲਸਿਲੇ 'ਚ ਆਉਂਦੇ ਜਾਂਦੇ ਹੈ। ਇੱਕ ਨੌਕਰ ਮੁੰਡੇ ਨਾਲ ਇੱਕ ਵਾਰ ਉਸ ਰੰਡੀ ਔਰਤ ਦਾ ਸੰਬੰਧ ਹੋ ਗਿਆ। ਕਿਵੇਂ ਹੋ ਗਿਆ, ਕਦੋਂ ਹੋ ਗਿਆ, ਕਿਸੇ ਨੂੰ ਕੋਈ ਪਤਾ ਨਹੀਂ। ਇੱਕ ਦਿਨ ਉਹਨਾਂ ਨੂੰ ਦੇਖ ਲਿਆ ਜੇਠ ਦੀ ਘਰ ਵਾਲੀ ਨੇ। ਉਹਨੇ ਅਗਾਂਹ ਆਪਣੇ ਪਤੀ ਨੂੰ ਦੱਸ ਦਿੱਤਾ, ਹਵੇਲੀ 'ਚ ਤੂਫਾਨ ਖੜਾ ਹੋ ਗਿਆ। ਨੌਕਰ ਮੁੰਡੇ ਨੂੰ ਪੁਲਿਸ ਥਾਣੇ ਪਹੁੰਚਾ ਦਿੱਤਾ ਗਿਆ। ਸਿਪਾਹੀਆਂ ਨੇ ਉਹਦੀ ਚੰਗੀ ਕੁਟਾਈ ਕੀਤੀ, ਫਿਰ ਸੇਠਾਂ ਨੇ ਉਹਨੂੰ ਕੰਮ ਤੋਂ ਹਟਾ ਦਿੱਤਾ। ਉਧਰ ਬਹੂ ਨੂੰ 4 ਦਿਨ ਅੰਦਰ ਕਮਰੇ 'ਚ ਬੰਦ ਰੱਖਿਆ, ਨਾ ਰੋਟੀ ਨਾ ਪਾਣੀ। ਉਹਦੇ ਰੋਂਦੇ ਕੁਰਲਾਉਂਦੇ ਮੁੰਡੇ ਨੂੰ ਚਾਚੀਆਂ ਸੰਭਾਲਦੀਆਂ ਰਹੀਆਂ, ਮੁੜ ਕੇ ਨੌਜਵਾਨ ਨੌਕਰਾਂ ਦਾ ਘਰ ਆਉਣਾ ਜਾਣਾ ਬੰਦ। 2-4 ਬੁੱਢੇ ਠੇਰੇ ਹੀ ਆਉਂਦੇ, ਅਜੀਬ ਖਾਨਦਾਨੀ ਰਵਾਇਤਾਂ ਨੇ ਬਈ। ਮੈਂ ਕਹਾਣੀ ਲਿਖੀ ਤਾਂ ਔਰਤ ਦੇ ਮੂੰਹ ਨੰਗਾ ਸੱਚ ਬੁਲਵਾ ਦਿਆਂਗਾ। ਅਜਿਹੇ ਖਾਨਦਾਨੀ ਵਕਾਰ ਦਾ ਚੁਰਾਹੇ 'ਚ ਭਾਂਡਾ ਭੰਨਣਾ ਚਾਹੀਦਾ ਹੈ। ਉਹ ਔਰਤ ਉਸ ਖਾਨਦਾਨ ਦੀ ਝੂਠੀ ਇੱਜ਼ਤ ਨੂੰ ਮਿੱਟੀ 'ਚ ਮਿਲਾ ਸਕਦੀ ਹੈ। ਕਹਾਣੀ ਦਾ ਇਸ ਤਰ੍ਹਾਂ ਦਾ ਹੀ ਕੋਈ ਅੰਤ ਹੋਣਾ ਚਾਹੀਦਾ ਹੈ। ਲਿਖੋ ਫਿਰ, ਇਸੇ ਕਰਕੇ ਤਾਂ ਤੁਹਾਨੂੰ ਸੁਣਾਈ ਹੈ ਮੈਂ ਕਹਾਣੀ। ਉਹਨਾਂ ਨੇ ਦੇਖਿਆ ਅਲਕਾ ਘਾਹ 'ਤੇ ਹੀ ਸੌਂ ਚੁੱਕੀ ਸੀ, ਹਵਾ 'ਚ ਅਜੇ ਕੁਝ ਠੰਡਕ ਸੀ। ਉਹਦੇ ਨਿੱਕੇ ਨਿੱਕੇ ਘੁਰਾੜੇ ਸੁਗੰਧੀਆਂ ਭਰੀ ਖਾਮੋਸ਼ ਫਿਜ਼ਾ 'ਚ ਤਰੰਗਾਂ 'ਚ ਹੇਡ ਰਹੇ ਸਨ। ਰੋਜ਼ ਗਾਰਡਨ 'ਚ ਇਸ ਸਮੇਂ ਬਹੁਤ ਘੱਟ ਲੋਕ ਆਉਂਦੇ ਹਨ, ਸਵੇਰ ਤੋਂ ਡੂੰਘੀ ਸ਼ਾਮ ਨੂੰ ਹੀ ਖਾਸ ਚਹਿਲ ਪਹਿਲ ਹੁੰਦੀ ਹੈ। ਥੋੜ੍ਹੇ ਸਮੇਂ ਬਾਅਦ ਰੋਹਿਤ ਆਉਂਦਾ ਉਹਨਾਂ ਨੇ ਦੇਖਿਆ। ਸੋਨੀਆ ਉਹਨੂੰ ਵਰਿਆਉਂਦੀ ਆ ਰਹੀ ਸੀ, ਪਰ ਉਹਦੀ ਰੀਂ-ਰੀਂ ਜਾ ਰਹੀ ਸੀ। ਸੋਨੀਆ ਨੇ ਨੇੜੇ ਆ ਕੇ ਦੱਸਿਆ ਕਿ ਦੀਨੂ ਤੇ ਰੋਹੀ ਦਾ ਇੱਕ ਫੁੱਲ ਪਿੱਛੇ ਝਗੜਾ ਹੋ ਗਿਆ। ਦੀਨੂ ਨੇ ਰੋਹੀ ਨੂੰ ਮਾਰਿਆ, ਪਿੱਛੇ ਪਿੱਛੇ ਆ ਰਿਹਾ ਦਿਨੇਸ਼ ਰੋਹੀ ਦੀ ਸ਼ਿਕਾਇਤ ਲਾ ਰਿਹਾ ਸੀ ਕਿ ਰੋਹੀ ਨੇ ਉਹਨੂੰ ਗਾਲ ਕੱਢੀ। ਰੇਸ਼ਮਾ ਰੋਹਿਤ ਨੂੰ ਗੋਦੀ 'ਚ ਲੈ ਕੇ ਪਿਆਰ ਕਰਨ ਲੱਗੀ। ਬੱਚਿਆਂ ਦਾ ਰੌਲਾ ਗੌਲਾ ਸੁਣ ਕੇ ਅਲਕਾ ਜਾਗ ਉੱਠੀ, ਅੱਖਾਂ ਮਲਣ ਲੱਗੀ, ਪੁੱਛਿਆ ਕੀ ਟਾਈਮ ਹੋ ਗਿਆ? ਨਾਸ਼ਤਾ ਕਰੀਏ ਬੇਗਮ ਸਾਹਿਬਾ, ਸੁਦੀਪ ਨੇ ਟੁਣਕ ਕੇ ਕਿਹਾ। ਹੋ ਗਈਆਂ ਗੱਲਾਂ? ਅਲਕਾ ਮੁਸਕਰਾ ਰਹੀ ਸੀ। ਮੀਆਂ ਬੀਵੀ ਦਾ ਵਿਹਾਰ ਵੇਖ ਕੇ ਰੇਸ਼ਮਾ ਹੋਰ ਉਦਾਸ ਹੋ ਗਈ।
ਅੱਧਾ ਸਾਹ ਉਹਨੇ ਆਪਣੇ ਸੰਘੋਂ ਥੱਲੇ ਹੀ ਮੋੜ ਦਿੱਤਾ। ਫਿਰ ਰੋਹੇ ਦੇ ਵਾਲਾਂ 'ਤੇ ਹੱਥ ਫੇਰਨ ਲੱਗੀ। ਭੁੱਖ ਤਾਂ ਖੂਬ ਲੱਗੀ ਹੋਣੀ ਹੈ ਰੇਸ਼ਮਾ, ਸੁਦੀਪ ਉਹਦੇ ਵੱਲ ਸੁਨੇਹ ਨਾਲ ਝਾਕਿਆ। ਤੁਹਾਨੂੰ ਨਹੀਂ ਲੱਗੀ ਭੁੱਖ? ਕਰ ਲਓ, ਨਾਸ਼ਤਾ ਤਾਂ ਕਰਨਾ ਹੀ ਕਰਨਾ, ਰੇਸ਼ਮਾ ਨੇ ਕਿਹਾ। ਨਾਸ਼ਤੇ ਬਾਅਦ ਉੱਠਣ ਹੀ ਲੱਗੇ ਸੀ ਕਿ ਅਲਕਾ ਨੇ ਯਾਦ ਕਰਾਇਆ ਕਿ ਇੱਕ ਇੱਕ ਕੱਪ ਚਾਹ ਵੀ ਲੈ ਆਓ, ਥਰਮਸ ਭਰ ਕੇ ਕਾਹਦੇ ਲਈ ਲਿਆਂਦੀ ਹੈ। ਵਾਹ ਕਮਾਲ ਹੈ, ਚਾਹ ਵੀ ਹੈ, ਸੁਦੀਪ ਖਿੜ ਉੱਠਿਆ। ਰੋਜ਼ ਗਾਰਡਨ ਤੋਂ ਬਾਹਰ ਆ ਕੇ ਉਹ ਝੀਲਾਂ ਦੇਖਣ ਲੱਗੇ। ਇੱਕ ਝੀਲ ਕਿਨਾਰੇ 2 ਕਿਸ਼ਤੀਆਂ ਖੜੀਆਂ ਸੀ, ਬੋਟਿੰਗ ਵੀ ਹੁੰਦੀ ਹੋਏਗੀ। ਧੁੱਪ ਪੂਰੀ ਤੇਜ਼ ਹੋ ਚੁੱਕੀ ਸੀ ਪਰ ਹਾਲੇ ਤਿੱਖੀ ਲੂ ਨਹੀਂ ਵਗਣ ਲੱਗੀ ਸੀ। ਉਹ ਪਹਿਲਾਂ ਵਾਂਗ ਹੀ 2 ਰਿਕਸ਼ਿਆਂ 'ਚ ਬੈਠ ਗਏ। ਉਸੇ ਤਰ੍ਹਾਂ ਇੱਕ ਵਿੱਚ ਸੁਦੀਪ ਤੇ ਰੇਸ਼ਮਾ ਦੇ, ਦੂਜੇ ਵਿੱਚ ਅਲਕਾ। ਇਸ ਵਾਰ ਤਿੰਨੇ ਬੱਚੇ ਅਲਕਾ ਵਾਲੇ ਰਿਕਸ਼ੇ 'ਚ ਫਸ ਕੇ ਬੈਠੇ ਸੀ। ਰੇਸ਼ਮਾ ਕਹਿਣ ਲੱਗੀ, ਤੁਹਾਨੂੰ ਇੱਕ ਹੋਰ ਔਰਤ ਦੀ ਗੱਲ ਦੱਸਦੀ ਹਾਂ। ਉਹ ਆਪਣੇ ਪਤੀ ਨਾਲੋਂ ਉਮਰ 'ਚ ਵੱਡੀ ਹੈ, ਉਹਨਾਂ ਦੇ ਬੱਚੇ ਹਨ, ਪਰ ਪਤੀ ਆਪਣੀ ਹਮ ਉਮਰ ਇੱਕ ਹੋਰ ਔਰਤ ਕੋਲ ਜਾਂਦਾ ਹੈ। ਪਤੀ ਠੀਕ ਹੈ ਫਿਰ? ਸੁਦੀਪ ਨੇ ਫੈਸਲਾ ਸੁਣਾਇਆ ਤੇ ਫਿਰ ਕਹਿਣ ਲੱਗਾ, ਇਸ ਕਹਾਣੀ 'ਚ ਲਿਖਣ ਵਾਲੀ ਕਿਹੜੀ ਗੱਲ ਹੈ? ਪਰ ਉਹ ਔਰਤ ਆਪਣੇ ਪਤੀ ਨੂੰ ਚਾਹੁੰਦੀ ਬਹੁਤ ਹੈ, ਉਹਨੇ ਤਾਂ ਚਾਹੁਣਾ ਹੀ ਸੀ। ਉਹ ਵੱਡੀ ਹੈ ਨਾ ਉਮਰ ਵਿੱਚ ਸੈਕਸ ਦੇ ਮਾਮਲੇ 'ਚ? ਨਹੀਂ ਜੀਜਾ ਜੀ, ਉਸ ਔਰਤ ਦੀ ਸਮੱਸਿਆ ਹੋਰ ਹੈ। ਉਹਦਾ ਪਤੀ ਉਹਦਾ ਆਗਿਆਕਾਰ ਬਹੁਤ ਹੈ, ਬੱਚਿਆਂ ਵਾਂਗ ਕਹਿਣਾ ਮੰਨਦਾ ਹੈ, ਪਤਨੀ ਦੇ ਆਖੇ ਦੀ ਉਲੰਘਣਾ ਨਹੀਂ ਕਰਦਾ। ਉਹ ਆਪਣੇ ਪਤੀ ਨੂੰ ਰੋਕ ਨਹੀਂ ਸਕਦੀ ਕਿ ਉਹ ਕਿਸੇ ਹੋਰ ਔਰਤ ਕੋਲ ਨਾ ਜਾਵੇ। ਉਹ ਬੰਦਾ ਆਪਣੀ ਪਤਨੀ ਦਾ ਵੀ ਪੂਰਾ ਸਾਥ ਦਿੰਦਾ, ਪਰ ਇੱਕ ਦੂਰੀ ਜਿਹੀ, ਇੱਕ ਵਿੱਥ ਜਿਹੀ ਤੇ ਇੱਕ ਅਜਨਬੀਅਤ ਜਿਹੀ ਹਮੇਸ਼ਾ ਉਹਦੇ ਪਿੰਡੇ ਨੂੰ ਖੁਰਚਦੀ ਰਹਿੰਦੀ ਹੈ। ਉਸ ਅੰਦਰ ਘਟੀਆ ਪਾਉਂਦਾ ਅਹਿਸਾਸ ਹੈ, ਬੰਦਾ ਕਿਤੇ ਜਾਂਦਾ ਫਿਰੇ ਉਹਨੂੰ ਪੂਰਾ ਸਮਾਂ ਦਿੰਦਾ ਹੈ, ਬੰਦੇ ਦਾ ਕੀ ਹੈ ਉਹ ਤਾਂ? ਨਹੀਂ ਜੀਜਾ ਜੀ, ਇਹ ਗੱਲ ਨਹੀਂ, ਇਹ ਤਾਂ ਗਲਤ ਹੈ। ਤੁਸੀਂ ਮਰਦ ਲੋਕ ਨਹੀਂ ਸਮਝ ਸਕਦੇ ਇਸ ਦਰਦ ਨੂੰ, ਤੁਸੀਂ ਔਰਤ ਦੇ ਨੁਕਤੇ ਤੋਂ ਸੋਚ ਕੇ ਦੇਖੋ ਜ਼ਰਾ। ਬਈ ਔਰਤ ਦੇ ਨੁਕਤੇ ਤੋਂ ਹੀ ਸੋਚ ਰਿਹਾ? ਨਹੀਂ ਸੋਚ ਰਹੇ। ਘਰ ਆ ਕੇ ਸਭ ਨੇ ਨਿੰਬੂ ਪਾਣੀ ਪੀਤਾ, ਫਿਰ ਅਲਕਾ ਦੁਪਹਿਰ ਦੀ ਰੋਟੀ ਦਾ ਆਹਰ ਕਰਨ ਲੱਗੀ। ਸੁਦੀਪ ਚਾਹ ਦਾ ਪਿਆਲਾ ਪੀ ਕੇ ਦਫ਼ਤਰ ਚਲਾ ਗਿਆ। ਕਹਿੰਦਾ, ਹੁਣੇ ਆਇਆ ਮੈਂ ਅਲਕਾ, ਜ਼ਰਾ ਇੱਕ ਚੱਕਰ ਮਾਰ ਆਵਾਂ। ਰੇਸ਼ਮਾ ਅਲਕਾ ਦਾ ਹੱਥ ਵਟਾਉਣ ਲੱਗੀ। ਬੱਚੇ ਖਿਡੌਣੇ ਲੈ ਕੇ ਬੈਠ ਗਏ। ਅਸਲ 'ਚ ਦੋਵੇਂ ਭੈਣ ਭਾਈ ਦੇਖ ਰਹੇ ਸਨ ਕਿ ਰੋਹਿਤ ਨੂੰ ਕਿਹੜਾ ਖਿਡੌਣਾ ਪਸੰਦ ਹੈ। ਸੁਦੀਪ ਜ਼ਰਾ ਲੇਟ ਆਇਆ, ਬੱਚੇ ਰੋਟੀ ਖਾ ਚੁੱਕੇ ਸੀ। ਦੋਵੇਂ ਸੁਦੀਪ ਦੀ ਉਡੀਕ 'ਚ ਬੈਠੀਆਂ ਅੰਮ੍ਰਿਤਸਰ ਦੀਆਂ ਗੱਲਾਂ ਕਰਦੀਆਂ ਰਹੀਆਂ। ਪ੍ਰਮੋਦ ਤੇ ਵਿਨੋਦ ਦੀਆਂ ਵਹੁਟੀਆਂ ਦੀਆਂ ਗੱਲਾਂ ਤੋਂ ਤੇ ਆਂਢ ਗੁਆਂਢ ਦੀਆਂ ਕੁੜੀਆਂ ਬਾਰੇ, ਕਿਹੜੀ ਵਿਆਹੀ ਗਈ, ਕਿਹੜੀ ਰਹਿ ਗਈ, ਕਿਹਨੂੰ ਕਿਹੋ ਜਿਹਾ ਹਸਬੈਂਡ ਮਿਲਿਆ। ਸ਼ਾਮ ਦੀ ਰੋਟੀ ਲਈ ਅਲਕਾ ਖਾਸਾ ਕੁਛ ਕਰਨ ਲੱਗੀ। ਕਿਧਰੇ ਕੱਦੂ ਦੇ ਕੋਫਤੇ ਬਣ ਰਹੇ ਸੀ, ਧੋਤੇ ਮਾਂ ਦੀ ਸੁੱਕੀ ਦਾਲ ਵਿੱਚ ਖੋਪਾ ਦਾਖਾਂ, ਕਾਜੂ ਤੇ ਛੋਟੀ ਇਲਾਚੀ ਪਾ ਕੇ ਖੀਰ ਕਮਾਲ ਦੀ ਬਣਾਉਂਦੀ ਹੁੰਦੀ ਹੈ ਅਲਕਾ। ਬਾਜ਼ਾਰੋਂ ਦੇਖ ਦੇਖ ਕਮਿੱਠੇ ਅੰਬ ਲੈ ਕੇ ਆਈ ਉਹ। ਅੰਬਾਂ ਦਾ ਗੁੱਦਾ ਪਾ ਕੇ ਰਾਤ ਨੂੰ ਫਰਿੱਜ 'ਚ ਆਈਸਕ੍ਰੀਮ ਵੀ ਰੱਖ ਦਿੱਤੀ। ਫਿਰ ਰਾਤ ਨੂੰ ਜਦੋਂ ਅਲਕਾ ਬਰਤਨ ਸਾਫ਼ ਕਰਨ ਲੱਗੀ, ਬੱਚੇ TV ਵੇਖ ਰਹੇ ਸੀ ਤੇ ਸੁਦੀਪ ਤੇ ਰੇਸ਼ਮਾ ਛੱਤ ਉੱਤੇ ਜਾ ਬੈਠੇ। ਇੱਧਰ ਉੱਧਰ ਦੀਆਂ ਗੱਲਾਂ ਹੋਣ ਲੱਗੀਆਂ। ਸੁਦੀਪ ਨੇ ਆਪਣੇ ਸਾਡੂ ਤਰਸੇਮ ਲਾਲ ਦੀ ਗੱਲ ਛੇੜੀ ਤਾਂ ਰੇਸ਼ਮਾ ਟਾਲ ਗਈ। ਕਹਿਣ ਲੱਗੀ, ਅੱਛਾ ਤੁਹਾਨੂੰ ਇੱਕ ਹੋਰ ਕਹਾਣੀ ਸੁਣਾਉਣੀ ਹੈ, ਇਹ ਵੀ ਲਿਖੇ, ਬਸ ਇਹ ਇੱਕ ਸੁਣਾਵਾਂਗੀ ਫਿਰ ਹੋਰ ਨਹੀਂ। ਕਿਉਂ, ਹੋਰ ਕਿਉਂ ਨਹੀਂ ਸੁਣਾਉਂਦੇ ਜਾ, ਤੁਸੀਂ ਕਿਹੜਾ ਸਾਰੀਆਂ ਕਹਾਣੀਆਂ ਲਿਖਣੀਆਂ ਹੋਣਗੀਆਂ, ਪਹਿਲਾਂ ਵਾਅਦਾ ਕਰੋ ਲਿਖੋਗੇ ਸਭ ਕਹਾਣੀਆਂ? ਹਾਂ ਜ਼ਰੂਰ ਮੇਰੀ ਸਾਲੀ ਸਾਹਿਬਾ, ਮੈਨੂੰ ਕਹਾਣੀਆਂ ਦੇ ਪਲਾਟ ਦੇ ਕੇ ਜਾਏ ਤੇ ਮੈਂ ਕਿਵੇਂ ਨਹੀਂ ਲਿਖਾਂਗਾ। ਬਈ ਤੂੰ ਸੁਣਾ ਹੁਣ ਇਹ ਨਵੀਂ ਕਹਾਣੀ। ਦੋ ਦੋਸਤ ਨੇ, ਇੱਕ ਸ਼ਾਦੀਸ਼ੁਦਾ, ਦੂਜਾ ਕੁਆਰਾ। ਦੋਸਤੀ ਉਹਨਾਂ ਦੀ ਬਹੁਤ ਪੱਕੀ ਹੈ, ਸ਼ਾਦੀਸ਼ੁਦਾ ਦੋਸਤ ਨੂੰ TV ਹੋ ਜਾਂਦੀ ਹੈ। ਅਸਲ 'ਚ ਤਾਂ ਵਿਆਹ ਤੋਂ ਪਹਿਲਾਂ ਹੀ ਉਹਨੂੰ ਇਹ ਬਿਮਾਰੀ ਹੈਗੀ ਸੀ, ਪਰ ਉਹ ਚੋਰੀ ਚੋਰੀ ਆਪਣਾ ਇਲਾਜ ਕਰਵਾ ਰਿਹਾ ਸੀ, ਕਿਸੇ ਨੂੰ ਦੱਸਦਾ ਨਹੀਂ ਸੀ। ਉਹਨੂੰ ਉਮੀਦ ਹੋਣੀ ਹੈ ਕਿ ਉਹ ਠੀਕ ਹੋ ਜਾਏਗੀ, ਪਰ ਵਿਆਹ ਤੋਂ ਬਾਅਦ ਬਿਮਾਰੀ ਹੋਰ ਵੱਧ ਜਾਂਦੀ ਹੈ। ਇਸੇ ਦੌਰਾਨ ਇੱਕ ਬੱਚਾ ਵੀ ਹੋ ਜਾਂਦਾ ਹੈ।
ਫਿਰ ਵਿਚਾਰਾ ਉਹ ਕਾਫੀ ਜ਼ਿਆਦਾ ਬਿਮਾਰ ਰਹਿਣ ਲੱਗਦਾ ਹੈ। ਉਹਦਾ ਦੋਸਤ ਘਰ ਆਉਂਦਾ ਜਾਂਦਾ ਹੈ, ਉਸ ਦੋਸਤ ਦੇ ਸੰਬੰਧ ਉਸ ਔਰਤ ਨਾਲ ਹੋ ਜਾਂਦੇ ਹੈ। ਦੋਸਤੀ ਦੀ ਭਾਵਨਾ ਅਧੀਨ ਇਹ ਸਭ ਹੁੰਦਾ ਹੈ। ਔਰਤ ਦੇ ਦੋ ਬੱਚੇ ਹੋਰ ਜੰਮਦੇ ਹੈ, ਉਹ ਬੱਚੇ ਪਿਛਲੇ ਦੋ ਬੱਚੇ ਉਸ ਦੋਸਤ ਦੇ ਨੇ। ਉਹਦਾ ਹਸਬੈਂਡ ਤਾਂ ਫਿਰ ਇਸ ਕਾਬਲ ਹੀ ਨਹੀਂ ਰਹਿ ਗਿਆ ਸੀ। ਉਹਦੇ ਹਸਬੈਂਡ ਨੂੰ ਵੀ ਇਹ ਪਤਾ ਹੁੰਦਾ ਹੈ ਕਿ ਪਰ ਉਹ ਮਰੀਜ਼ ਹੈ, ਸਹਿ ਰਿਹਾ। ਉਹ ਤਾਂ ਸਗੋਂ ਆਪਣੇ ਦੋਸਤ ਦੀ ਮਿਹਰਬਾਨੀ ਸਮਝਦਾ ਹੈ, ਦੋਸਤ ਉਹਨੂੰ ਸੰਭਾਲਦਾ ਵੀ ਹੈ। ਘਰ ਦਾ ਸਾਰਾ ਖਰਚ ਤੇ ਬਿਮਾਰੀ ਉੱਤੇ ਲੱਗ ਰਿਹਾ ਪੈਸਾ ਸਭ ਉਹ ਦੋਸਤ ਕਰਦਾ ਹੈ। ਅਖੀਰ ਉਸ ਔਰਤ ਦਾ ਪਤੀ ਮਰ ਜਾਂਦਾ ਹੈ, ਫਿਰ ਕੀ ਹੁੰਦਾ? ਹੁਣ ਇੱਥੇ ਆ ਕੇ ਕਹਾਣੀ ਬਣੇਗੀ ਸੁਦੀਪ ਨੇ। ਉਹ ਔਰਤ ਹੁਣ ਆਪਣੇ ਪਤੀ ਦੇ ਦੋਸਤ ਨੂੰ ਕਹਿੰਦੀ ਹੈ ਕਿ ਉਹਦੇ ਨਾਲ ਵਿਆਹ ਕਰਵਾ ਲਵੇ, ਪਿਛਲੇ ਦੋ ਬੱਚੇ ਉਹਦੇ ਹੀ ਨੇ ਤੇ ਨਾਲੇ ਦੋਸਤੀ ਦਾ ਮੁੱਲ ਵੀ ਅਦਾ ਹੋ ਜਾਏਗਾ। ਵੈਸੇ ਰੇਸ਼ਮਾ, ਉਸ ਦੋਸਤ ਦਾ ਜਵਾਬ ਜੋ ਤੂੰ ਹੁਣ ਦੱਸੇਂਗੀ ਉਹ ਦੱਸਣ ਤੋਂ ਪਹਿਲਾਂ ਇਹ ਦੱਸ ਤੇਰੇ ਆਪਣੇ ਦਿਮਾਗ ਅਨੁਸਾਰ ਕੀ ਹੋਣਾ ਚਾਹੀਦਾ ਹੈ। ਮੈਂ ਤਾਂ ਕਹਿੰਦੀ ਉਹਨੂੰ ਵਿਆਹ ਕਰਵਾ ਲੈਣਾ ਚਾਹੀਦਾ। ਠੀਕ, ਉਸ ਦੋਸਤ ਨੇ ਕੀ ਫੈਸਲਾ ਕੀਤਾ? ਫਿਰ ਵਿਆਹ ਦੇ ਨਾਂ ਤੇ ਉਸ ਔਰਤ ਨੂੰ ਛੱਡ ਕੇ ਤੁਰ ਗਿਆ, ਮੁੜ ਕੇ ਕਦੇ ਘਰ ਨਹੀਂ ਆਇਆ। ਹੁਣ ਉਹ ਔਰਤ ਕੀ ਕਰੇ ਵਿਚਾਰੀ? ਉਹਨੂੰ ਆਪਣੇ ਪਤੀ ਮਰੇ ਦਾ ਇੰਨਾ ਦੁੱਖ ਨਹੀਂ ਜਿੰਨਾ ਦੁੱਖ ਉਹਨੂੰ ਉਸ ਦੋਸਤ ਦਾ ਹੈ, ਉਹਦਾ ਉਹਦੀ ਜ਼ਿੰਦਗੀ ਵਿੱਚੋਂ ਹੀ ਨਿਕਲ ਜਾਣ ਦਾ ਦੁੱਖ। ਰੇਸ਼ਮਾ ਬਠਿੰਡੇ 4 ਦਿਨ ਰਹੀ। ਉਹਨਾਂ ਨੇ ਉੱਥੇ ਦੀਆਂ ਹੋਰ ਥਾਵਾਂ ਵੀ ਦੇਖੀਆਂ, ਕਿਲ੍ਹਾ, ਥਰਮਲ ਪਲਾਂਟ, 1-2 ਹੋਰ ਥਾਵਾਂ। ਉਹਨੇ ਸੁਦੀਪ ਨੂੰ ਹੋਰ ਕਹਾਣੀਆਂ ਨਹੀਂ ਸੁਣਾਈਆਂ। ਬਠਿੰਡਾ ਛੱਡਣ ਤੋਂ 1 ਦਿਨ ਪਹਿਲਾਂ ਉਹਨੇ ਅਲਕਾ ਨੂੰ ਤਰਸੇਮ ਲਾਲ ਬਾਰੇ ਦੱਸਿਆ। ਘਰ ਦੇ ਬਰਤਨ ਸਾਫ਼ ਕਰਨ ਤੇ ਫਰਸ਼ਾਂ ਤੇ ਪੋਚੇ ਲਾਉਣ ਵਾਲੀ ਨੁਕਰਾਣੀ ਨਾਲ ਉਹਦਾ ਸੰਬੰਧ ਹੈ। ਤੈਨੂੰ ਕੀ ਪਤਾ? ਮੈਂ ਆਪ 1 ਦਿਨ ਦੇਖਿਆ ਦੋਵਾਂ ਨੂੰ। ਤੂੰ ਝਗੜਾ ਕਿਉਂ ਨਹੀਂ ਕਰਦੀ ਤਰਸੇਮ ਨਾਲ? ਨਹੀਂ ਮੰਨਦਾ, ਕਹਿੰਦਾ ਹਾਂ ਹੈ, ਮੇਰਾ ਤਾਂ ਹੈਗਾ। ਮੈਂ ਤਾਂ ਇਸੇ ਤਰ੍ਹਾਂ ਕਰਾਂਗਾ ਕਿ ਪਹਿਲਾਂ ਵਾਲੀਆਂ 2 ਨੁਕਰਾਣੀਆਂ ਨਾਲ ਵੀ ਮੇਰਾ ਇਹੀ ਸੰਬੰਧ ਸੀ। ਸਿੱਧੀ ਜੀ ਗੱਲ ਹੈ, ਤੂੰ ਨੁਕਰਾਣੀ ਨੂੰ ਹਟਾ ਦੇ, ਖੁਦ ਕਰਿਆ ਕਰ ਘਰ ਦਾ ਸਾਰਾ ਕੰਮ। ਮੈਂ ਸਕੂਲ ਵੀ ਤਾਂ ਜਾਣਾ ਹੁੰਦਾ, ਐਡਾ ਪਰਿਵਾਰ, ਮੈਂ ਕਿਵੇਂ ਕਰ ਲਵਾਂਗੀ ਇੰਨਾ ਕੰਮ? ਤੇ ਫਿਰ ਕਹਿਣ ਲੱਗੀ, ਉਹਨੂੰ ਤਾਂ ਆਦਤ ਹੈ, ਉਹ ਰਹਿ ਨਹੀਂ ਸਕਦਾ। ਫਿਰ ਕੀ ਸੋਚਿਆ ਤੂੰ? ਸੋਚ ਸੋਚ ਕੇ ਮੈਂ ਤਾਂ ਥੱਕ ਗਈ ਦੀਦੀ, ਝਗੜਾ ਕਰਦੀਆਂ ਤਾਂ ਕੁੱਟ ਖਾ ਲੈਂਦੀ ਹਾਂ, ਸੱਸ ਸਹੁਰਾ ਵੀ ਮੈਨੂੰ ਹੀ ਕੋਸਦੇ ਨੇ, ਅਖੇ ਤੂੰ ਸਾਡੇ ਮੁੰਡੇ ਤੇ ਦੂਸ਼ਣ ਲਾਉਣੀ ਆ। ਅਲਕਾ ਨੇ ਸਾਰੀ ਗੱਲ ਸੁਦੀਪ ਨੂੰ ਸੁਣਾਈ। ਉਹ ਹੈਰਾਨ ਸੀ ਕਿ ਦੂਜਿਆਂ ਦੀ ਇੰਨੀਆਂ ਕਹਾਣੀਆਂ ਸੁਣਾਉਂਦੀ ਰਹੀ, ਆਪਣੀ ਗੱਲ ਕਿਉਂ ਨਾ ਦੱਸੀ। ਫਿਰ ਉਹਨੂੰ ਸਮਝ ਆਉਣ ਲੱਗੀ ਕਿ ਉਹਨੇ ਜਿਹੜੀਆਂ 5 ਕਹਾਣੀਆਂ ਸੁਣਾਈਆਂ ਉਹਨਾਂ 'ਚੋਂ ਕਿਧਰੇ ਨਾ ਕਿਧਰੇ ਖੁਦ ਸ਼ਾਮਿਲ ਸੀ। ਵਿਚਾਰੀ ਰੇਸ਼ਮਾ, ਸੁਦੀਪ ਨੂੰ ਅਫਸੋਸ ਹੋਇਆ। ਫਿਰ ਅਲਕਾ ਨੂੰ ਪੁੱਛਣ ਲੱਗਿਆ, ਕੀ ਫੈਸਲਾ ਕੀਤਾ ਰੇਸ਼ਮਾ ਨੇ? ਸਹੁਰਿਆਂ ਦੇ ਘਰੋਂ ਤਾਂ ਆ ਚੁੱਕੀ ਹੈ, ਉਹ ਹੁਣ ਮਾਂ ਕੋਲ ਹੈ। ਫਿਰ ਇੱਥੋਂ ਫੈਸਲਾ ਕਰਕੇ ਗਈ ਹੈ ਮੇਰੇ ਨਾਲ, ਜਾ ਕੇ ਤਲਾਕ ਦੀ ਅਰਜ਼ੀ ਦੇ ਦੇਵਾਂਗੀ। ਕਹਿੰਦੀ ਸੀ ਤਰਸੇਮ ਲਾਲ ਦੀ ਦੇਹ ਵਿੱਚੋਂ ਮੈਨੂੰ ਫਰਸ਼ਾਂ ਉੱਤੇ ਪੋਚਾ ਲਾਉਣ ਵਾਲੇ ਮੈਲੇ ਕੱਪੜੇ ਵਰਗਾ ਮੁਸ਼ਕ ਆਉਂਦਾ ਹੈ। ਧੰਨਵਾਦ।